ਸਤਨਾਮ ਵਾਹਿਗੁਰੂ ਜੀ। ਸਰਗ ਮਹੱਲਾ ਪਹਿਲਾ, ਹਰ ਬਿਨ ਕਿਉਂ ਧੀਰੈ ਮਨ ਮੇਰਾ, ਕੋਟ ਕਲਪ ਕੇ ਦੁਖ ਬਿਨਾਸਨ, ਸਾਚ ਦਿਰੜਾਏ ਨਵੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਚਵਰ ਸ਼ਤਰ ਤਖਤ ਦੇ ਮਾਲਕ, ਗੁਰੂ ਤਖ਼ਤ ਗੱਦੀ ਦੇ ਤਖ਼ਤ ਤੇ ਸੁਭਾਏ ਮਾਨ, ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਖਾਲਸਾ ਸਾਹਿਬ ਸੰਗਤ ਜੀ, ਅੱਜ ਦਾ ਪਾਵਨ ਪਵਿੱਤਰ ਦਿਹਾੜਾ ਮਹਾਨ ਗੁਰਸਿੱਖ ਭਾਈ ਸਾਹਿਬ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਅਤੇ ਇਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਸ਼ਹੀਦ ਭਾਈ ਮਨੀ ਸਿੰਘ ਜੀ ਜਿਨ੍ਹਾਂ ਦੇ ਦਾਦਾ ਭਾਈ ਬੱਲੂ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਜੰਗਾਂ ਯੁੱਧਾਂ ਦੇ ਵਿੱਚ ਸੇਵਾ ਕਰਦੇ ਰਹੇ, ਉਹਨਾਂ ਦੇ ਪੁੱਤਰ ਭਾਈ ਮਾਈ ਦਾਸ, ਭਾਈ ਮਾਈ ਦਾਸ ਦੇ ਗ੍ਰਹਿ ਵਿਖੇ 10 ਮਾਰਚ 1644 ਈਸਵੀ 1701 ਬਿਕਰਮੀ ਚੇਤ ਸੁਦੀ 12 ਐਤਵਾਰ ਵਾਲੇ ਦਿਨ 1701 ਬਿਕਰਮੀ ਨੂੰ ਭਾਈ ਮਨੀ ਸਿੰਘ ਜੀ ਦਾ ਜਨਮ ਮਾਤਾ ਮਦਰੀ ਬਾਈ ਦੇ ਉਧਰ ਤੋਂ ਪਿੰਡ ਅਲੀਪੁਰ ਜ਼ਿਲ੍ਹਾ ਮੁਜ਼ੱਫਰਗੜ੍ਹ ਪੱਛਮੀ ਪੰਜਾਬ ਪਾਕਿਸਤਾਨ ਵਿੱਚ ਹੈ। ਹੁਣ ਉੱਥੇ ਭਾਈ ਸਾਹਿਬ ਜੀ ਦਾ ਜਨਮ ਹੋਇਆ। 13 ਸਾਲ ਦੀ ਆਯੂ ਸੀ ਜਦੋਂ ਆਪਣੇ ਪਿਤਾ ਜੀ ਦੇ ਨਾਲ ਕੀਰਤਪੁਰ ਸਾਹਿਬ ਆ ਕੇ ਗੁਰੂ ਹਰਿ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ 1657 ਦੇ ਵਿੱਚ। ਮਹਾਰਾਜ ਸਾਹਿਬ ਜੀ ਦੇ ਪਾਸ ਰਹਿ ਕੇ ਸੇਵਾ ਕੀਤੀ। ਕੁਝ ਸਮੇਂ ਲਈ ਪਿਤਾ ਜੀ ਵਿਆਹ ਕਰਨ ਵਾਸਤੇ ਵਾਪਸ ਲੈ ਕੇ ਗਏ। ਫਿਰ ਇਸੇ ਤਰ੍ਹਾਂ ਗੁਰੂ ਹਰਿ ਸਾਹਿਬ ਮਹਾਰਾਜ ਜਦੋਂ 1661 ਦੇ ਵਿੱਚ ਸੱਚਖੰਡ ਚਲੇ ਗਏ, ਜੋਤੀ ਜੋਤ ਸਮਾਏ, ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਰਹੇ। ਜਦੋਂ ਦਿੱਲੀ ਮਹਾਰਾਜ ਗਏ 8ਵੇਂ ਪਾਤਸ਼ਾਹ ਨਾਲ ਹੀ ਭਾਈ ਮਨੀ ਸਿੰਘ ਜੀ ਜੋ ਮਨੀ ਰਾਮ ਦੇ ਰੂਪ ਦੇ ਵਿੱਚ ਸਨ, ਉਹ ਵੀ ਮਹਾਰਾਜ ਸਾਹਿਬ ਦੇ ਨਾਲ ਗਏ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹਜ਼ੂਰ ਰਹਿ ਕਰਕੇ ਵੀ ਸੇਵਾ ਕਰਦੇ ਰਹੇ। ਫਿਰ ਗੁਰੂ ਕਲਗੀਧਰ ਮਹਾਰਾਜ ਸਤਿਗੁਰਾਂ ਦੇ ਹਜ਼ੂਰ ਸੇਵਾ ਕੀਤੀ। 35 ਸਾਲ ਦੀ ਉਮਰ ਹੋਈ ਜਦ ਤਾਂ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਉਸ ਵੇਲੇ ਤੀਕਰ ਗੁਰਬਾਣੀ
ਲਿਖਣ ਅਤੇ ਲਿਖਾਉਣ, ਪੜ੍ਹਨ ਅਤੇ ਪੜ੍ਹਾਉਣ ਦੀ ਸੇਵਾ 35 ਵਰ੍ਹਿਆਂ ਦੀ ਉਮਰ ਦੇ ਵਿੱਚ ਭਾਈ ਮਨੀ ਸਿੰਘ ਜੀ ਕਰਨ ਲੱਗ ਪਏ ਸਨ। ਗੁਰੂ ਕਲਗੀਧਰ ਮਹਾਰਾਜ ਸਾਹਿਬ ਦੇ ਹਜ਼ੂਰ ਰਹਿੰਦੇ ਹਾਂ। ਭਾਈ ਮਨੀ ਸਿੰਘ ਜੀ ਨੇ ਅਨੇਕਾਂ ਕਾਰਜ ਕੀਤੇ, ਜਿੰਨੇ ਵੀ ਜੰਗ ਯੁੱਧ ਹੋਏ ਉਹਨਾਂ ਦੇ ਵਿੱਚ ਵੀ ਅੱਗੇ ਹੋ ਕੇ ਜੂਝੇ, ਅਤੇ ਜੋ ਦੋ ਪ੍ਰਸਿੱਧ ਗਾਥਾਵਾਂ ਨੇ ਵੀ ਇੱਕ ਪ੍ਰਸਾਦੀ ਹਾਥੀ ਦੇ ਨਾਲ ਵਾਹਿਗੁਰੂ, ਇੱਕ ਜਿਹੜਾ ਮਸਤ ਹਾਥੀ ਪਹਾੜੀਆਂ ਦਾ, ਉਸ ਹਾਥੀ ਦੇ ਨਾਲ ਜੂਝਣ ਦੀ ਸਾਖੀ, ਅਤੇ ਇੱਕ ਸਾਧ ਸੰਗਤ ਕੇਸਰੀ ਚੰਦ ਰਾਜਾ ਜਿਹੜਾ ਕਹਿੰਦਾ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿਰ ਵੱਢ ਕੇ ਲੈ ਕੇ ਆਉਂ, ਉਹਦਾ ਸਿਰ ਵੱਢਣ ਦੀਆਂ ਸਾਖੀਆਂ ਪ੍ਰਸਿੱਧ ਨੇ। ਉਹ ਦੋਵੇਂ ਪੁੱਤਰ ਭਾਈ ਮਨੀ ਸਿੰਘ ਦੇ ਸਨ ਜਿਹੜੇ ਹਾਥੀ ਨਾਲ ਜੂਝੇ, ਭਾਈ ਬਚਿੱਤਰ ਸਿੰਘ ਜੀ ਉਹ ਵੀ ਭਾਈ ਮਨੀ ਸਿੰਘ ਦੇ ਪੁੱਤਰ ਹਨ, ਜਿਹਨਾਂ ਰਾਜਾ ਕੇਸਰੀ ਚੰਦ ਦਾ ਸਿਰ ਵੱਢ ਕੇ ਬਰਸ਼ੇ 'ਤੇ ਟੰਗ ਕੇ ਗੁਰੂ ਕਲਗੀਧਰ ਮਹਾਰਾਜ ਦੇ ਕੋਲ ਹਾਜ਼ਰ ਕੀਤਾ। ਕਹਿੰਦੇ ਮਹਾਰਾਜ ਇਹੀ ਆ ਰਾਜਾ ਜਿਹੜਾ ਕਹਿੰਦਾ ਸੀ ਵੀ ਤੁਹਾਡੇ ਗੁਰੂ ਦਾ ਸਿਰ ਵੱਢਣਾ ਹੈ, ਤਾਂ ਉਸ ਵੇਲੇ ਪਾਤਸ਼ਾਹ ਦੀਆਂ ਖੁਸ਼ੀਆਂ ਲਈਆਂ ਸਨ। ਇਸ ਤਰ੍ਹਾਂ ਇਤਿਹਾਸ ਦੀ ਸਾਰੀ ਗੱਲ ਕਰੀਏ, 12 ਭਰਾ ਸਨ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦੇ ਵਿੱਚੋਂ 11 ਵੱਖ ਵੱਖ ਸਵਾਵਾਂ ਨਿਭਾਉਂਦਿਆਂ ਹੋਇਆਂ ਸ਼ਹੀਦ ਹੋਏ। 10 ਪੁੱਤਰ ਭਾਈ ਮਨੀ ਸਿੰਘ ਜੀ ਦੇ ਗੁਰੂ ਕਲਗੀਧਰ ਮਹਾਰਾਜ ਸਾਹਿਬ ਦੀ ਸੇਵਾ ਵਿੱਚ ਰਹਿੰਦਿਆਂ ਹੋਇਆਂ ਸ਼ਹੀਦ ਹੋਏ। ਅਤੇ ਫਿਰ ਜਿਹੜਾ ਇਤਿਹਾਸਕਾਰ ਅੰਕੜਾ ਦਿੱਤਾ ਹੈ, 53 ਤੋਂ ਲੈ ਕੇ ਅਤੇ 60 ਤੀਕਰ, ਇਹਦੇ ਵਿੱਚ ਸਾਰੇ ਹੀ ਇਤਿਹਾਸਕਾਰ ਸਹਿਮਤ ਨੇ ਵੀ ਇੰਨੇ ਕੁੱਲ ਸ਼ਹੀਦ ਇਕੱਲੇ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ ਸਨ। 50 ਅਤੇ 60 ਦੇ ਵਿੱਚ ਦਾ ਅੰਕੜਾ ਵੀ ਐਡੀ ਮਹਾਨ ਹਸਤੀ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦੇ ਕੋਲੋਂ ਬਾਬਾ ਦੀਪ ਸਿੰਘ ਸਾਹਿਬ ਵਰਗੇ ਮਹਾਨ ਸ਼ਹੀਦ ਗੁਰਮੁਖ ਦੀ ਵਿਦਿਆ ਭਾਈ ਮਨੀ ਸਿੰਘ ਜੀ ਦੇ ਪਾਸੋਂ ਪ੍ਰਾਪਤ ਕੀਤੀ, ਅਤੇ ਭਾਈ ਮਨੀ ਸਿੰਘ ਜੀ ਨੇ ਜੋ ਲਿਖਣ ਦੀ ਸੇਵਾ ਕੀਤੀ ਹੈ, ਦਮਦਮਾ ਸਾਹਿਬ ਆ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਪਾਤਸ਼ਾਹ ਨੇ ਸਰੂਪ ਲਿਖਾਇਆ, ਅਤੇ ਫਿਰ ਉਸ ਦੇ ਅੱਗੇ ਉਤਾਰੇ ਕਰਨੇ, 10ਮ ਗ੍ਰੰਥ ਸਾਹਿਬ ਜੀ ਦੀ ਬਾਣੀ 71 ਭਾਈ ਮਨੀ ਸਿੰਘ ਜੀ ਨੇ ਕੀਤੀ, ਗੁਰ ਇਤਿਹਾਸ ਦੀਆਂ ਸਾਖੀਆਂ ਭਾਈ ਮਨੀ ਸਿੰਘ ਜੀ ਨੇ ਲਿਖੀਆਂ, ਭਾਈ ਮਨੀ ਸਿੰਘ ਜੀ ਦੀਆਂ ਸਾਖੀਆਂ ਬੜੀਆਂ ਪ੍ਰਸਿੱਧ ਹਨ। ਅਤੇ ਫਿਰ ਖਾਲਸੇ ਪੰਥ ਨੂੰ ਜਦੋਂ ਬੰਦਈ ਖਾਲਸਾ ਦੇ ਤਤ ਖਾਲਸਾ ਨਾਮ ਦੇ ਦੋ ਜਥੇ ਬਣ ਗਏ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਾਰਿਆਂ ਨੂੰ ਇਕੱਤਰ ਕਰਨ ਦੀ, ਇੱਕ ਥਾਂ ਸ਼ਾਂਤ ਰੱਖਣ ਦੀ ਜ਼ਿੰਮੇਵਾਰੀ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਨੇ ਮਾਤਾ ਸੁੰਦਰੀ ਜੀ ਦੇ ਹੁਕਮ ਦੇ ਨਾਲ ਨਿਭਾਈ। ਸੱਚਖੰਡ ਹਰਿਮੰਦਰ ਸਾਹਿਬ ਦੇ ਗ੍ਰੰਥੀ ਦੀ ਸੇਵਾ ਮਿਲੀ, ਅਤੇ ਅਕਾਲ ਅਬੁੰਗੇ ਦੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਥਾਪੇ ਗਏ। ਅਨੇਕਾਂ ਲੰਮਾ ਸਮਾਂ ਗੁਰੂ ਘਰ ਦੇ ਵਿੱਚ ਸੇਵਾ ਨਿਭਾਉਂਦੇ ਹਾਂ। ਜਦੋਂ ਅਖੀਰ ਨੂੰ ਸਾਧ ਸੰਗਤ, ਜਦੋਂ ਭਾਈ ਸਾਹਿਬ ਜੀ ਦਾ ਸ਼ਹੀਦੀ ਦਾ ਸਮਾਂ ਆਇਆ, ਤਾਂ ਉਹਨਾਂ ਨੇ ਗੁਰਮਤਾ ਕੀਤਾ ਵੀ ਬੜਾ ਲੰਮਾ ਸਮਾਂ ਹੋ ਗਿਆ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਕਦੀ ਗੁਰੂ ਕਾ ਖਾਲਸਾ ਜੁੜਿਆ ਨਹੀਂ ਹੈ, ਕਦੀ ਕੋਈ ਜੋੜ ਮੇਲਾ ਨਹੀਂ ਮਨਾਇਆ ਗਿਆ। ਅਤੇ ਉਸ ਵੇਲੇ ਭਾਈ ਸਵੇਗ ਸਿੰਘ ਜੰਬਰ ਅਤੇ ਹੋਰ ਜਿਹੜੇ ਸਰਕਾਰੀ ਠੇਕੇਦਾਰ ਲਾਹੌਰ ਕੰਮ ਕਰਦੇ ਸਨ ਸਰਕਾਰ ਕੋਲ, ਉਹਨਾਂ ਦੇ ਨਾਲ ਮਿਲ ਕੇ ਸਰਕਾਰ ਦਰਬਾਰ ਤੱਕ ਪਹੁੰਚ ਕਰਕੇ
1000 ਰੁਪਈਆ ਇੱਕ ਦਿਨ ਦੇ ਮੇਲੇ ਦਾ ਦੇਣਾ ਮਨ ਕਰਕੇ ਵੀ 10 ਦਿਨ ਅਸੀਂ ਮੇਲਾ ਅੰਮ੍ਰਿਤਸਰ ਸਾਹਿਬ ਦੀਪਮਾਲਾ ਦਾ ਮਨਾਵਾਂਗੇ ਅਤੇ 10 ਦਿਨਾਂ ਦਾ 10,000, ਇੱਕ ਦਿਨ ਦਾ 1,000 ਦੇਵਾਂਗੇ। ਭਾਈ ਮਨੀ ਸਿੰਘ ਜੀ ਨੇ ਚਿੱਠੀਆਂ ਲਿਖ ਦਿੱਤੀਆਂ, ਗੁਰੂ ਕਾ ਖਾਲਸਾ ਪੰਥ ਅੰਮ੍ਰਿਤਸਰ ਸਾਹਿਬ ਆਉਣ ਦੀ ਤਿਆਰੀ ਵਿੱਚ ਜਦੋਂ ਜੁਟਿਆ ਤਾਂ ਲਾਹੌਰ ਤੋਂ ਹੀ ਫਿਰ ਖਬਰ ਆਈ ਵੀ ਸਰਕਾਰ ਦੀ ਨੀਤ ਮਾੜੀ ਹੋ ਗਈ ਹੈ। ਪਹਿਲਾਂ ਤਾਂ ਇਹਨਾਂ ਨੇ ਆਗਿਆ ਦੇ ਦਿੱਤੀ ਹੈ, ਪਰ ਹੁਣ ਇਹ ਚਾਹੁੰਦੇ ਨੇ ਵੀ ਲਖਪਤ ਰਾਏ ਆਦਿਕ ਵੀ ਜਦੋਂ ਸਿੱਖ ਇਕੱਠੇ ਹੋਣਗੇ ਸਾਰੇ ਅੰਮ੍ਰਿਤਸਰ ਸਾਹਿਬ ਦੇ, ਇਹਨਾਂ ਨੂੰ ਘੇਰ ਕੇ ਇਹਨਾਂ ਦੀ ਕਤਲੋ ਗਾਰਤ ਕੀਤੀ ਜਾਵੇ, ਇਹਨਾਂ ਦਾ ਲਹੂ ਰੋੜਿਆ ਜਾਵੇ, ਲੱਕ ਤੋੜ ਦੀਏ ਸਿੱਖਾਂ ਦਾ। ਭਾਈ ਮਨੀ ਸਿੰਘ ਜੀ ਤੀਕਰੇ ਖਬਰ ਪਹੁੰਚ ਗਈ ਅਤੇ ਇਹਨਾਂ ਨੇ ਦੁਬਾਰਾ ਚਿੱਠੀਆਂ ਲਿਖ ਕੇ ਕਿਹਾ ਵੀ ਕੋਈ ਵੀ ਅੰਮ੍ਰਿਤਸਰ ਸਾਹਿਬ ਨਾ ਆਵੇ। ਮੇਲਾ ਲੱਗਿਆ ਨਾ ਅਤੇ ਸਰਕਾਰ ਇੱਕ ਇਸ ਗੱਲੋਂ ਔਖੀ ਸੀ ਵੀ ਕਿ ਅਸੀਂ ਸਿੱਖਾਂ ਨੂੰ ਮਾਰਨਾ ਸੀ, ਪਰ ਪਹਿਲਾਂ ਹੀ ਇਹਨਾਂ ਨੇ ਰੋਗ ਪਾ ਕੇ ਸਿੱਖਾਂ ਨੂੰ ਰੋਕ ਦਿੱਤਾ। ਭਾਈ ਮਨੀ ਸਿੰਘ ਜੀ ਨੂੰ ਕਿਹਾ ਵੀ ਮੇਲੇ ਦਾ ਜੋ ਖਰਚ ਹੈ ਉਹ ਜਮ੍ਹਾਂ ਕਰਾਇਆ ਜਾਵੇ, ਜੋ ਮੰਨਿਆ ਸੀ। ਉਹਨਾਂ ਕਿਹਾ ਵੀ ਤੁਸੀਂ ਚੰਗੀ ਤਰ੍ਹਾਂ ਮੇਲਾ ਲੱਗਣ ਨਹੀਂ ਦਿੱਤਾ, ਹੁਣ ਵਿਸਾਖੀ ਆਉਣ ਵਾਲੀ ਹੈ, ਵਿਸਾਖੀ ਦਾ ਜੋੜ ਮੇਲਾ ਲੱਗ ਲੈਣ ਦਿਉ, ਕਿਸੇ ਨੂੰ ਤੰਗ ਨਾ ਕਰਿਓ, ਤਾਂ ਪਿਛਲਾ ਵੀ ਜੋ ਖਰਚ ਬਣਦਾ ਹੈ ਅਤੇ ਵਿਸਾਖੀ 'ਤੇ ਵੀ ਉਹ ਸਾਰਾ ਤੁਹਾਨੂੰ ਮਾਮਲਾ ਇਕੱਠਾ ਹੀ ਤਾਰ ਦਾਂਗੇ। ਫਿਰ ਸਰਕਾਰ ਦੀ ਨੀਤ ਉਸੇ ਤਰ੍ਹਾਂ ਦੀ ਹੋਣ ਕਰਕੇ ਵਿਸਾਖੀ ਦਾ ਵੀ ਜੋੜ ਮੇਲਾ ਸਾਧ ਸੰਗਮ ਅੰਮ੍ਰਿਤਸਰ ਸਾਹਿਬ ਜੁੜਿਆ ਨਾ। ਅਖੀਰ ਭਾਈ ਮਨੀ ਸਿੰਘ ਜੀ 94 ਸਾਲ ਦੀ ਉਮਰ, ਗਿਆਨੀ ਗਰਜਾ ਸਿੰਘ ਜੀ ਨੇ 90 ਸਾਲ ਲਿਖੀ ਹੈ ਅਤੇ ਕਈ ਇਤਿਹਾਸਕਾਰਾਂ ਨੇ 94 ਲਿਖੀ ਹੈ, ਬਾਕੀ ਉਹਨਾਂ ਦੇ ਕੋਈ ਫਰਕ ਨਹੀਂ ਹੈ, ਸ਼ਹੀਦੀ ਦੇ ਸਾਲ 'ਚ ਫਰਕ ਹੈ। ਗਿਆਨੀ ਗਰਜਾ ਸਿੰਘ ਜੀ ਉਹ ਲਿਖਦੇ ਵੀ ਹੋਰ ਵਿਦਵਾਨ ਕੁਝ ਵੀ 1734 ਦੇ ਵਿੱਚ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੋਈ ਹੈ ਅਤੇ ਬਹੁਤਿਆਂ ਦੀ ਰਹੇ ਹੈ ਵੀ 1738 ਦੇ ਵਿੱਚ ਭਾਈ ਸਾਹਿਬ ਜੀ ਸ਼ਹੀਦ ਹੋਏ ਹਨ। ਲਾਹੌਰ ਕੁਝ ਹੋਰ ਸਾਥੀ ਸਿੰਘਾਂ ਦੇ ਸਹਿਤ ਬੁਲਾਇਆ ਗਿਆ, ਪਕੜ ਕੇ ਲੈ ਗਏ, ਕਿਉਂਕਿ ਇੱਕ ਤਾਂ ਸਰਕਾਰ ਖਾਲ ਖਾਂਦੀ ਸੀ, ਦੂਸਰਾ ਮਾਮਲਾ ਨਾ ਤਾਰਿਆ ਗਿਆ, ਤੀਸਰਾ ਜਿਹੜੇ ਕੁਝ ਹਰ ਭਗਤ ਨਿਰੰਜਨੀ ਵਰਗੇ ਸਾਹਿਬ ਰਾਏ ਵਰਗੇ ਜਿਹੜੇ ਟੌਟ ਸਨ, ਜਿਨ੍ਹਾਂ ਨੂੰ ਖਾਲਸੇ ਦੀ ਬੋਲੀ ਦੇ ਵਿੱਚ ਟੌਟ ਕਹਿੰਦੇ ਨੇ, ਸਰਕਾਰੀ ਬੋਲੀ ਦੇ ਵਿੱਚ CID ਵਾਲੇ ਕਹਿੰਦੇ ਹਨ, ਉਹਨਾਂ ਟੌਟਾਂ ਨੇ ਹੋਰ ਚੁੱਕਣਾ ਦੇ ਕਰਕੇ ਅਤੇ ਜ਼ਕਰੀਆ ਖਾਨ ਲਾਹੌਰ ਦਾ ਉਹ ਸਵੇਰੇ ਮੁਕਾਰ ਮੁਖਤਿਆਰ ਉਹਨੂੰ ਚੁੱਕਣਾ ਦਿੱਤੀ। ਭਾਈ ਮਨੀ ਸਿੰਘ ਸਾਹਿਬ ਜੀ ਨੂੰ ਪਕੜ ਕੇ ਲਿਜਾਇਆ ਗਿਆ ਅਤੇ ਸਾਧ ਸੰਗਤ ਉੱਥੇ 3 ਗੱਲਾਂ ਹੋਈਆਂ। ਫਿਰ ਇੱਕ ਤਾਂ ਇਹ ਹੋਈ, ਕਹਿੰਦੇ ਵੀ ਤੁਸੀਂ ਮਾਮਲਾ ਨਹੀਂ ਤਾਰਿਆ, ਮਾਮਲਾ ਤਾਰੋ ਨਹੀਂ ਤਾਂ ਉਹਦੇ ਬਦਲੇ ਤੁਹਾਨੂੰ ਸਜ਼ਾ ਦੇਵਾਂਗੇ। ਅਤੇ ਭਾਈ ਸਾਹਿਬ ਜੀ ਨੇ ਕਿਹਾ ਤੁਸੀਂ ਮੇਲਾ ਲੱਗਣ ਨਹੀਂ ਦਿੱਤਾ ਪਰ ਇਹ ਇਕਰਾਰ ਤੋਂ ਮੁਕਰੇ ਹੋ, ਅਤੇ ਅਸੀਂ ਮਾਮਲਾ ਕਿੱਥੋਂ ਤਾਰੀਏ, ਨਹੀਂ ਤਾਰ ਸਕਦੇ। ਦੂਸਰਾ ਉਹਨਾਂ ਕਿਹਾ ਸੀ ਵੀ ਜੇ ਮਾਮਲਾ ਨਹੀਂ ਤਾਰ ਸਕਦੇ ਤਾਂ ਜਿਹੜੇ ਸਿੰਘ ਜੰਗਲਾਂ ਦੇ ਵਿੱਚ ਜਿੱਥੇ ਵੀ ਰਹਿੰਦੇ ਨੇ ਉਹਨਾਂ ਦੀ CID ਦਿਓ ਸਾਨੂੰ, ਭਾਵ ਟੌਟੀ ਕਰੋ ਅਤੇ ਤੁਹਾਡੀ ਜਾਨ ਬਖਸ਼ ਦਿਆਂਗੇ। ਦੱਸ ਦਿਓ ਵੀ ਜਿਹੜੇ ਸਿੰਘ ਤਿਆਰ ਨੇ, ਹਥਿਆਰਬੰਦ ਫੌਜ ਹੈ ਜਿਹੜੀ ਤੁਹਾਡੀ, ਉਹ ਕਿੱਥੇ ਰਹਿੰਦੀ ਹੈ? ਅਤੇ ਭਾਈ ਮਨੀ ਸਿੰਘ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਕਿਵੇਂ ਹੋ ਸਕਦਾ ਵੀ ਅਸੀਂ ਆਪਣੇ ਭਰਾਵਾਂ ਨੂੰ ਮਰਾ ਦਈਏ ਤੁਹਾਡੇ ਕੋਲੋਂ CID ਦੇ ਕੇ ਟੌਟੀ ਕਰਕੇ? ਇਹ ਕਦਾਚਿਤ ਨਹੀਂ ਹੋਵੇਗਾ, ਅਸੀਂ ਨਹੀਂ ਦੱਸਾਂਗੇ ਵੀ ਕਿੱਥੇ ਰਹਿੰਦੇ ਆ ਜਾਂ ਕਿੱਥੇ ਨਹੀਂ ਰਹਿੰਦੇ। ਫਿਰ ਆਖਰੀ ਰਸਤਾ ਸੀ ਵੀ ਹੁਣ ਇਸਲਾਮ ਕਬੂਲ ਕਰ ਲਓ, ਫਿਰ
ਅਤੇ ਉਹ ਭਾਈ ਮਨੀ ਸਿੰਘ ਸਾਹਿਬ ਜੀ ਕਹਿੰਦੇ ਵੀ ਨਹੀਂ, ਆਪਣੇ ਧਰਮ ਦੇ ਵਿੱਚ ਅਸੀਂ ਆਪਣਾ ਸਾਰਾ ਸਮਾਂ ਲੰਘਾਇਆ ਹੈ, ਇਹ ਗੱਲ ਵੀ ਨਾ ਕਰੋ। ਅਖੀਰ ਭਾਈ ਮਨੀ ਸਿੰਘ ਜੀ ਨੂੰ ਹੁਕਮ ਦਿੱਤਾ ਵੀ ਇਹਨਾਂ ਦਾ ਬੰਦ ਕੱਟ ਕੇ ਅਤੇ ਇਹਨਾਂ ਨੂੰ ਸ਼ਹੀਦ ਕੀਤਾ ਜਾਵੇ ਲਾਹੌਰ ਸ਼ਹਿਰ ਦੇ ਵਿੱਚ ਨਖਾਸ ਚੌਂਕ, ਜਿੱਥੇ ਕਤਲੋਗਾਰ ਕੀਤੀ ਜਾਂਦੀ ਸੀ, ਉੱਥੇ ਲਿਆ ਕਰਕੇ ਜਲਾਦ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰਨ ਲੱਗਾ। ਅਤੇ ਇਤਿਹਾਸਕਾਰਾਂ ਇਹ ਵੀ ਲਿਖਿਆ ਵੀ ਬੰਦ ਦਾ ਹੁਕਮ ਸੀ, ਜਦੋਂ ਸਿੱਧਾ ਹੀ ਗੁੱਟ ਲਾਗਿਓਂ ਵੱਢਣ ਲੱਗਾ ਤਾਂ ਭਾਈ ਮਨੀ ਸਿੰਘ ਜੀ ਨੇ ਰੋਕਤਾ। ਜਲਾਦ ਕਹਿੰਦਾ ਕਿਉਂ, ਪਹਿਲਾਂ ਤਾਂ ਕਹਿੰਦੇ ਸੀ ਵੀ ਮੌਤ ਕਬੂਲ ਹੈ, ਹੁਣ ਜਾਣ 'ਤੇ ਬਣੇ ਆਈ ਹੈ ਅਤੇ ਡਰ ਗਏ। ਕਹਿੰਦੇ ਨਹੀਂ, ਮੈਂ ਤੈਨੂੰ ਤੇਰੇ ਮਾਲਕ ਦੀ ਵਫਾਦਾਰੀ ਤੈਨੂੰ ਯਾਦ ਕਰਾਉਣ ਲੱਗਾ ਵੀ ਤੇਰੇ ਮਾਲਕ ਨੇ ਤੈਨੂੰ ਇਹ ਹੁਕਮ ਕੀਤਾ ਸੀ ਵੀ ਮਨੀ ਸਿੰਘ ਦਾ ਬੰਦ ਕੱਟਣਾ ਹੈ, ਜਿੰਨੇ ਸਰੀਰ ਦੇ ਬੰਦ ਜਿੱਥੇ ਜੋੜ ਹੁੰਦੇ ਨੇ, ਜਿਵੇਂ ਇੱਕ ਇੱਕ ਪੋਟੇ ਦਾ ਇਹ ਬੰਦ ਹੈ, ਪੋਟਾ, ਗੁੱਟ, ਅਰਕ, ਜਿੱਥੋਂ ਜਿੱਥੋਂ ਸਾਡਾ ਸਰੀਰ ਮੁੜਦਾ ਹੈ, ਜਿੱਥੇ ਜਿੱਥੇ ਜੋੜਨੇ ਨੂੰ ਬੰਦ ਕਹਿੰਦੇ ਨੇ, ਅਤੇ ਤੇਰੇ ਮਾਲਕ ਦਾ ਹੁਕਮ ਹੈ ਵੀ ਮਨੀ ਸਿੰਘ ਦਾ ਬੰਦ ਕੱਟਣਾ ਹੈ, ਤੂੰ ਸਿੱਧਾ ਗੁੱਟ ਨੂੰ ਕਿਉਂ ਵੱਢਣ ਲੱਗਾ? ਅਤੇ ਉਸ ਵੇਲੇ ਜਿਹੜਾ ਜਲਾਦ ਹੈਰਾਨ ਹੋ ਗਿਆ ਵੀ ਐਸਾ ਇਹਨਾਂ 'ਚ ਸਿਦਕ, ਅਤੇ ਪੁੱਛਿਆ ਸੀ ਭਾਈ ਸਾਹਿਬ ਤੁਹਾਨੂੰ ਜਾਣ ਨਹੀਂ ਪਿਆਰੀ ਲੱਗਦੀ, ਤੁਸੀਂ ਜਾਣ ਬਚਾਓ, ਸਿੱਖੀ ਤੋਂ ਕੀ ਲੈਣਾ ਹੈ? ਤਾਂ ਉਸ ਵੇਲੇ ਕਹਿੰਦੇ ਵੀ ਭਾਈ ਮਨੀ ਸਿੰਘ ਜੀ ਨੇ ਕਿਹਾ ਸੀ ਦੇਹੀ ਕਿਸ ਕੀ ਵਾਪਰੀ, ਸਿੱਖੀ ਜੇ ਸਾਬਤ ਹੋਏ, ਦੇਹ ਤੋਂ ਆਵਣ ਜਾਣ ਹੈ, ਸਿੱਖੀ ਲੱਭੈ ਕਬ ਕੋਏ। ਕਹਿੰਦੇ ਵੀ ਇਹ ਦੇਹੀ ਜਿਹੜੀ ਵਿਚਾਰੀ ਇਹ ਕੀ ਹੈ, ਜੇ ਸਿੱਖੀ ਸਾਬਤ ਰਹੇ ਤਾਂ ਇਹਦੇ ਤੋਂ ਹੋਰ ਵੱਡੀ ਕੋਈ ਦਾਤ ਨਹੀਂ ਹੈ, ਦੇਹ ਤੋਂ ਆਵਣ ਜਾਣ ਹੈ, ਸਰੀਰ ਤਾਂ ਆਉਂਦੇ ਜਾਂਦੇ ਜੰਮਦੇ ਮਰਦੇ ਰਹਿਣਗੇ, ਕਈ ਜੂਨਾਂ 'ਚ ਪਹਿਲਾਂ ਧੱਕੇ ਖਾਧੇ ਹੋਰ ਖਾਵਾਂਗੇ, ਪਰ ਕਹਿੰਦੇ ਵੀ ਸਿੱਖੀ ਲੱਭੈ ਕਬ ਕੋਏ, ਗੁਰੂ ਨਾਨਕ ਦੇ ਘਰ ਦੀ ਸਿੱਖੀ ਫਿਰ ਕਿੱਥੇ ਲੱਭੇਗੀ? ਐਸਾ ਸਿਦਕ ਵੇਖਿਆ ਭਾਈ ਮਨੀ ਸਿੰਘ ਜੀ ਦਾ ਬੰਦ ਕੱਟਿਆ ਜਾਣ ਲੱਗਾ। ਵੇਖੋ ਉਹ 94 ਸਾਲ ਦਾ ਬਜ਼ੁਰਗ ਬਾਬਾ ਭਾਈ ਮਨੀ ਸਿੰਘ, 94 ਸਾਲ ਦੀ ਉਮਰ, ਜਦੋਂ ਉਹ ਹੀ ਹੱਥ ਕੰਬਣ ਲੱਗ ਪੈਂਦੇ ਨੇ, ਉਸ ਉਮਰ ਦੇ ਵਿੱਚ 13 ਸਾਲ ਦੀ ਉਮਰ ਸੀ ਜਦੋਂ ਮਹਾਰਾਜ ਦੇ ਹਜ਼ੂਰ ਆਏ, ਅਤੇ ਉਦੋਂ ਤੋਂ ਲੈ ਕੇ 94 ਸਾਲ ਦੀ ਉਮਰ ਹੋ ਗਈ, ਪਰ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਅਤੇ ਕਹਿੰਦੇ ਬੰਦ ਕੱਟਿਆ ਜਾਣ ਲੱਗਾ, ਸਰੀਰ ਦੇ ਟੁਕੜੇ ਕੀਤੇ ਗਏ, ਅਤੇ ਜਦੋਂ ਟੁਕੜੇ ਕੀਤੇ ਜਾ ਰਹੇ ਸਨ, ਜਦੋਂ ਬੰਦ ਕੱਟਿਆ ਜਾ ਰਿਹਾ ਸੀ, ਉਸ ਵੇਲੇ ਸੁਖਮਣੀ ਸਾਹਿਬ ਦਾ ਪਾਠ ਹੋ ਰਿਹਾ ਸੀ। ਭਾਈ ਮਨੀ ਸਿੰਘ ਜੀ ਗੁਰਬਾਣੀ ਪੜ੍ਹ ਰਹੇ ਤੇ ਬਾਣੀ ਪੜ੍ਹਦੇ ਆ, ਨਹਿ ਕਿਸ ਜਨਮ ਹੈ ਨਹਿ ਕਿਸ ਮਰੈ, ਇਸ ਤਰ੍ਹਾਂ ਦੀਆਂ ਜੋ ਭਾਵਨਾ ਦੇ ਨਾਲ ਗੁਰਬਾਣੀ ਦੀਆਂ ਤੁਕਾਂ ਦਾ ਉਚਾਰਨ ਹੋ ਰਿਹਾ ਸੀ। ਨਹਿ ਕਿਸ ਜਨਮ ਹੈ ਨਹਿ ਕਿਸ ਮਰੈ, ਆਪਨ ਚਲਿਤ ਆਪ ਹੀ ਕਰੈ। ਇਹ ਪਾਠ ਕਰਦਿਆਂ ਭਾਈ ਮਨੀ ਸਿੰਘ ਜੀ ਨੇ ਸਿੱਖੀ ਖੇਸਾਂ ਸਵਾਸਾਂ ਦੁਆਰਾ ਸਾਬਤ ਨਿਭਾਉਂਦਿਆਂ ਬੰਦ ਕਟਾ ਲਿਆ, ਸਰੀਰ ਦੇ ਟੁਕੜੇ ਤਾਂ ਕਰਾ ਲਏ, ਨਾ ਗੁਰੂ ਘਰ ਦਾ ਪੈਸਾ ਦਿੱਤਾ ਲਾਲਚ ਵਿੱਚ ਆ ਕੇ ਜਾਨ ਬਚਾਉਣ ਦੀ, ਨਾ ਆਪਣੀ ਜਾਨ ਬਚਾਉਣ ਦੇ ਲਾਲਚ ਵਜੋਂ ਇਸਲਾਮ ਕਬੂਲਿਆ, ਨਾ ਜਾਨ ਬਚਾਉਣ ਦੇ ਲਾਲਚ ਵਜੋਂ ਆਪਣੇ ਹਥਿਆਰਬੱਧ ਸਿੰਘ ਸਾਥੀਆਂ ਦੇ ਪਤੇ ਟਿਕਾਣੇ ਵੀ ਨਹੀਂ ਦੱਸੇ, CID ਨਹੀਂ ਦਿੱਤੀ, ਭਾਵ ਗਦਾਰੀ ਨਹੀਂ ਕੀਤੀ ਆਪਣੇ ਭਰਾਵਾਂ ਪੰਥ ਦੇ ਨਾਲ। ਅਤੇ ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ ਦੇ ਬਚਨਾਂ ਦੇ ਪਹਿਰਾ ਦਿੰਦਿਆਂ ਹੋਇਆਂ ਭਾਈ ਮਨੀ ਸਿੰਘ ਸਾਹਿਬ ਜੀ ਅੱਜ ਦੇ ਦਿਨ ਸਾਧ ਸੰਗਤ ਜੀ 5 ਹਾੜ ਨੂੰ, ਹਾੜ ਸੁਦੀ ਪੰਚਮੀ ਨੂੰ
ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਐਸੇ ਮਹਾਨ ਸੂਰਬੀਰ ਜਿੰਨੀਆਂ ਵੀ ਗਿਆਨੀਆਂ ਦੀਆਂ ਸੰਪਰਦਾਵਾਂ ਨੇ ਨਾ, ਸੰਪਰਦਾ ਹੁੰਦੀ ਹੈ ਇੱਕ ਟਹਿਣੀ ਤੋਂ ਅੱਗੇ ਜਿਹੜੀ ਟਹਿਣੀ ਜਿਵੇਂ ਰੁੱਖ ਦੀ ਨਿਕਲਦੀ ਹੈ, ਇਵੇਂ ਜਿੰਨੇ ਵੀ ਗਿਆਨੀ ਨੇ ਨਾ, ਭਾਵੇਂ ਹੁਣ ਉਹ ਸਾਧ ਸੰਗਤ ਮਿਸ਼ਨਰੀ ਕਾਲਜ ਵੀ ਨੇ ਜਾਂ ਹੋਰ ਵੀ ਨੇ, ਟਕਸਾਲਾਂ ਹਨ, ਸਭਾ ਸੁਸਾਇਟੀਆਂ ਨੇ ਜਾਂ ਸਿੰਘ ਸਭੀਏ ਹੋ ਚੁੱਕੇ ਨੇ, ਉਹਨਾਂ ਸਾਰਿਆਂ ਦੀ ਜਿਹੜੀ ਪਿੱਛੇ ਜਾ ਕੇ ਕੁੱਲ ਰਲਦੀ ਹੈ ਨਾ, ਜਿਹੜੀ ਉਹਨਾਂ ਦੀ ਵਿਦਵਤਾ ਦੀ, ਉਹ ਭਾਈ ਮਨੀ ਸਿੰਘ ਜੀ ਦੇ ਨਾਲ ਰਲਦੀ ਹੈ। ਹਰ ਇੱਕ ਗਿਆਨੀ ਜਿਹੜਾ ਹੈ ਉਹਦੀ ਗੁਰਬਾਣੀ ਦੀ ਜਿਹੜੀ ਵਿੱਦਿਆ ਦੀ ਦਾਤ ਹੈ ਉਹ ਭਾਈ ਮਨੀ ਸਿੰਘ ਸਾਹਿਬ ਤੋਂ ਸ਼ੁਰੂ ਹੋਈ ਹੈ, ਕਿਉਂਕਿ ਭਾਵੇਂ ਬਾਬਾ ਦੀਪ ਸਿੰਘ ਜੀ ਦੇ ਨਾਮ 'ਤੇ ਵੀ ਦਮਦਮੀ ਟਕਸਾਲ ਹੈ, ਪਰ ਬਾਬਾ ਦੀਪ ਸਿੰਘ ਜੀ ਨੇ ਵੀ ਗੁਰਮਤਿ ਦੀ ਵਿੱਦਿਆ ਭਾਈ ਮਨੀ ਸਿੰਘ ਸਾਹਿਬ ਜੀ ਦੇ ਪਾਸੋਂ ਲਈ। ਇਸ ਕਰਕੇ ਸਿੱਖਾਂ ਦੀਆਂ ਜਿੰਨੀਆਂ ਵੀ ਵਿਦਵਾਨਾਂ ਦੀਆਂ ਸੰਪਰਦਾਵਾਂ, ਜਥੇਬੰਦੀਆਂ, ਸਭਾ ਸੁਸਾਇਟੀਆਂ ਨੇ, ਕਾਲਜ ਨੇ, ਕਮੇਟੀਆਂ ਨੇ, ਉਹਨਾਂ ਸਾਰਿਆਂ ਵਿਦਵਾਨਾਂ ਦੇ ਮੁਖੀ ਭਾਈ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਹਨ, ਜਿਨ੍ਹਾਂ ਨੇ ਗੁਰਬਾਣੀ ਦੇ ਇਤਿਹਾਸ ਦੀ ਸੇਵਾ ਕੀਤੀ ਅਤੇ ਅੱਗੇ ਪ੍ਰਚਾਰ ਕੀਤਾ। ਇਸੇ ਮਹਾਨ ਸੂਰਬੀਰ ਦੇ ਚਰਨਾਂ 'ਤੇ ਸੀਸ ਝੁਕਾਉਂਦਿਆਂ ਹੋਇਆਂ ਆਓ, ਚੱਲ ਰਹੇ ਸਹਿਜ ਪਾਠਾਂ ਵਿੱਚ ਹਾਜ਼ਰੀ ਭਰਨ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ, ਸੀਸ ਝੁਕਾਓ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਪਹਿਲਾ, ਹਰ ਬਿਨ ਕਿਉ ਧੀਰੈ ਮਨ ਮੇਰਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਅੰਗ 1232 ਦੇ ਅਖੀਰ ਤੋਂ ਸਹਿਜ ਪਾਠ ਸੰਥਿਆ ਦੀ ਪ੍ਰਾਰੰਭਤਾ ਹੋ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ 26ਵਾਂ ਰਾਗ ਹੈ, 26ਵਾਂ ਰਾਗ ਸਾਰਗ ਰਾਗ, 8-8 ਪਦਿਆਂ ਵਾਲੀ ਬਾਣੀ ਆਰੰਭਤਾ ਹੋਈ ਹੈ। ਇੱਕ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 8 ਪਦਿਆਂ ਵਾਲੀ ਬਾਣੀ ਦਾ ਆਪਾਂ ਸਰਵਣ ਕੀਤਾ ਹੈ। ਦੂਸਰੇ ਸ਼ਬਦ ਦੀ ਆਰੰਭਤਾ ਹੁੰਦੀ ਹੈ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪਰਮ ਪਵਿੱਤਰ ਉਪਦੇਸ਼ ਦਿੰਦੇ ਨੇ, ਹਰ ਬਿਨ ਕਿਉ ਧੀਰੈ ਮਨ ਮੇਰਾ, ਕਿ ਹੇ ਭਾਈ ਹਰੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਗੈਰ, ਵਾਹਿਗੁਰੂ ਦੇ ਨਾਮ ਜਪੇ ਤੋਂ ਬਿਨਾਂ ਮੇਰਾ ਚਿੱਤ ਕਿਵੇਂ ਧੀਰੇ ਧੀਰਜਤਾ ਪਕੜ ਸਕਦਾ ਹੈ? ਸ਼ਾਂਤੀ ਨਹੀਂ ਆਉਂਦੀ ਵਾਹਿਗੁਰੂ ਦੀ ਪ੍ਰਾਪਤੀ ਵਾਜੋਂ, ਨਾਮ ਦੇ ਅਭਿਆਸ ਬਿਨਾ ਦੁਖੀ ਵਾਪਰਦੇ ਹਨ। ਕੋਟ ਕਲਪ ਕੇ ਦੁਖ ਬਿਨਾਸਨ, ਜੋ ਪਰਮੇਸ਼ਰ ਜਾਂ ਪਰਮੇਸ਼ਰ ਦਾ ਨਾਮ ਕੋਟ ਕਲਪ, ਕਰੋੜਾਂ ਹੀ ਕਲਪਾਂ ਦੇ ਦੁਖ ਬਿਨਾਸਨ, ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ। ਹੁਣ ਸਾਧ ਸੰਗਤ, ਕਲਪ ਇੱਕ ਸਮੇਂ ਦੀ ਵੰਡ ਦਾ ਨਾਮ ਹੈ। ਪੁਰਾਣੇ ਸਮਿਆਂ ਜਿਵੇਂ ਪੁਰਾਣਾਂ 'ਚ ਲਿਖਿਆ ਵੀ ਜਦੋਂ ਬ੍ਰਹਮਾ ਦਾ ਇੱਕ ਦਿਨ ਹੁੰਦਾ ਹੈ ਨਾ, ਜੋ 4,32,00,000,000 ਵਰ੍ਹੇ ਦਾ ਹੈ, ਅਤੇ ਮੱਕੇ ਦੀ ਗੋਸ਼ਟ ਵਿੱਚ ਕਲਪ ਦੀ ਇੱਕ ਅਨੋਖੀ ਕਲਪਨਾ ਹੈ ਵੀ ਕਲਪ ਬ੍ਰਿਸ਼ ਦਾ ਇੱਕ ਪੱਤਾ ਝੜਨ ਤੋਂ ਇੱਕ ਕਲਪ ਬਤੀਤ ਹੁੰਦਾ ਹੈ। ਪੁਰਾਣਾਂ ਅਨੁਸਾਰ 4,32,00,000,000 ਵਰ੍ਹੇ ਦਾ ਇੱਕ ਕਲਪ ਹੁੰਦਾ ਹੈ। ਕਈ ਵਿਦਵਾਨਾਂ ਨੇ ਸਾਧ ਸੰਗਤ ਜੀ ਇੱਕ ਕਲਪ 4 ਯੁੱਗਾਂ ਦੇ ਸਮੇਂ ਨੂੰ ਕਿਹਾ ਹੈ, ਕਈ ਵਿਦਵਾਨਾਂ ਨੇ ਇੱਕ ਕਲਪ 9 ਯੁੱਗਾਂ ਦੇ ਸਮੇਂ ਨੂੰ ਕਿਹਾ ਹੈ। ਸੋ ਇਸ ਕਰਕੇ 4,36,00,000 ਜਦੋਂ ਪਰਮੇਸ਼ਰ ਨੇ ਤਾੜੀ ਲਾਈ ਸੀ,
ਤੇ 36 ਵਰੇ ਉਹਨੂੰ 9 4 ਕਲਪ ਕਹਿੰਦੇ ਸਨ, 9 ਯੁੱਗ ਜਦੋਂ ਬਤੀਤ ਹੋਣ ਸੋ ਉਸ ਵੇਲੇ ਇੱਕ ਕਲਪ ਬਣਦਾ ਹੈ। ਇਵੇਂ ਵੱਖ ਵੱਖ ਹੈ ਵੀ ਇੱਕ 4 ਯੁੱਗਾਂ ਦੇ ਸਮੂਹ ਨੂੰ ਇੱਕ ਕਲਪ ਕਹਿੰਦੇ ਨੇ, ਇੱਕ 9 ਯੁੱਗਾਂ ਦੀ ਇਕੱਤਰਤਾ ਨੂੰ ਇੱਕ ਕਲਪ ਕਹਿੰਦੇ ਨੇ, ਇੱਕ ਕਲਪ ਬ੍ਰਿਸ਼ ਦਾ ਜਦੋਂ ਇੱਕ ਪੱਤਾ ਝੜਦਾ ਉਦੋਂ ਕਲਪ ਬਤੀਤ ਹੋਇਆ ਕਹਿੰਦੇ ਨੇ, ਇੱਕ 4,32,00,000,000 ਵਰੇ ਜਦੋਂ ਲੰਘਦੇ ਨੇ ਇੱਕ ਕਲਪ ਕਹਿੰਦੇ ਨੇ। ਇਹ ਵੱਖ ਵੱਖ ਸਮੇਂ ਦੀ ਵੰਡ ਹੈ। ਇਹਦਾ ਭਾਵ ਸਿਰਫ ਇਹੀ ਹੈ ਵੀ ਇੱਕ ਥੋੜ੍ਹੇ ਜਿੰਨੇ ਸਮੇਂ ਦੀ ਗੱਲ ਨਹੀਂ ਹੈ ਵੀ ਕੋਟ ਕਲਪ ਕੇ ਕਰੋੜਾਂ ਹੀ ਕਲਪਾਂ ਦੇ ਸਮੇਂ ਦੇ ਕੀਤੇ ਹੋਏ ਪਾਪਾਂ ਕਰਕੇ ਜਿਹੜੇ ਦੁੱਖ ਹਨ ਉਹ ਵੀ ਦੁੱਖ ਬਿਨਾਸ਼ਨ ਨਾਸ਼ ਹੋ ਜਾਂਦੇ ਨੇ। ਵਾਹਿਗੁਰੂ ਦਾ ਨਾਮ ਉਹਨਾਂ ਦੁੱਖਾਂ ਨੂੰ ਨਾਸ਼ ਕਰਨ ਵਾਲਾ ਏ। ਸਾਚ ਦ੍ਰਿੜਾਏ ਨਵੇਰਾ, ਉਹ ਸੱਚਾ ਪਰਮੇਸ਼ਰ ਆਪਣੇ ਨਾਮ ਨੂੰ ਦ੍ਰਿੜ ਕਰਵਾ ਕੇ, ਜਾਂ ਵਾਹਿਗੁਰੂ ਜਾਂ ਵਾਹਿਗੁਰੂ ਦਾ ਨਾਮ ਗੁਰੂ ਸਾਹਿਬ ਜਦੋਂ ਦ੍ਰਿੜ ਕਰਵਾਉਂਦੇ ਨੇ ਤੇ ਗੁਰਾਂ ਨੇ ਨਬੇੜਾ ਨਬੇੜਾ ਕਰ ਦਿੱਤਾ, ਜੰਮਣ ਮਰਨ ਦੇ ਦੁੱਖ ਦੂਰ ਕਰ ਦਿੱਤੇ। ਰਹਾਉ ਕ੍ਰੋਧ ਨਿਵਾਰ ਜਲੇ ਹੋ ਮਮਤਾ, ਪਰਮੇਸ਼ਰ ਨੇ ਕਿਰਪਾ ਕੀਤੀ ਵੀ ਕ੍ਰੋਧ ਨਿਵਾਰ, ਕ੍ਰੋਧ ਵੀ ਨਿਵਿਰਤ ਕਰ ਦਿੱਤਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਜਲੇ ਹੋ ਮਮਤਾ, ਜਿਹੜੀ ਦੇਹ ਦੀ ਹੋ ਹੰਗਤਾ ਸੀ ਤੇ ਮਮਤਾ ਪਦਾਰਥਾਂ ਦੀ ਮੇਰ ਸੀ ਵੀ ਆਹ ਵੀ ਮੇਰਾ ਤੇ ਆਹ ਵੀ ਮੇਰਾ, ਇਹ ਕਹਿੰਦੇ ਵੀ ਹੋ ਹੰਗਤਾ ਦੇ ਮਮਤਾ ਇਹ ਵੀ ਦੋਵੇਂ ਨਾਮ ਅਭਿਆਸ ਦੀ ਅੱਗ ਦੇ ਨਾਲ ਜਲੇ ਜਲ ਕੇ ਸੜ ਗਏ ਹਨ। ਪ੍ਰੇਮ ਸਦਾ ਨੌ ਰੰਗੀ, ਤੇ ਹੁਣ ਪਰਮੇਸ਼ਰ ਦੇ ਪ੍ਰੇਮ ਰੂਪੀ ਰੰਗ ਵਿੱਚ ਰੱਤੀ ਹੋਈ ਸਾਡੀ ਬਿਰਤੀ ਸਦਾ ਹੀ ਨੌ ਰੰਗੀ ਨਵੀਨ ਰੰਗ ਵਾਲੀ ਹੋ ਗਈ ਹੈ। ਜਾਂ ਨੌ ਰੰਗੀ ਨਾਮ ਪਰਮੇਸ਼ਰ ਦਾ ਵੀ ਹੈ ਵੀ ਜਿਹੜਾ ਨਿੱਤ ਨਵੀਨ ਸਰੂਪ ਪਰਮੇਸ਼ਰ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਪ੍ਰੇਮ ਲੱਗ ਗਿਆ ਹੈ ਸਾਡੇ ਅੰਦਰ। ਅਨਭਉ ਵਿਸਰ ਗਏ ਪ੍ਰਭ ਜਾਚਿਆ, ਅਨਭਉ ਵਿਸਰ ਗਏ ਪ੍ਰਭ ਜਾਚਿਆ, ਜਦੋਂ ਗੁਰੂ ਸਾਹਿਬ ਤੋਂ ਪਰਮੇਸ਼ਰ ਵਾਹਿਗੁਰੂ ਦਾ ਨਾਮ ਮੰਗਿਆ, ਜਦੋਂ ਨਾਮ ਦੀ ਦਾਤ ਮਿਲੀ ਤਦੋਂ ਅਨਭਉ ਵਿਸਰ ਗਏ। ਅਨ ਹੋਰ ਜਿਹੜੇ ਡਰ ਸਨ, ਜਿਵੇਂ ਜਮਾਂ ਦਾ ਡਰ, ਵਕਾਰਾਂ ਦਾ ਡਰ, ਕੋਈ ਨਾ ਕੋਈ ਅੰਦਰ ਖੌਫ ਬਣਿਆ ਰਹਿਣਾ, ਇਹ ਸਾਰੇ ਵਿਸਰਜਣ ਹੋ ਗਏ, ਨਾਸ਼ ਹੋ ਗਏ ਨੇ। ਹਰ ਨਿਰਮਾਇਲ ਸੰਗੀ, ਤੇ ਨਿਰਮਾਇਲ ਸ਼ੁੱਧ ਸਰੂਪ ਜਿਹਦੇ ਚ ਕੋਈ ਮੈਲ ਨਹੀਂ ਹੈ, ਉਹ ਹਰੀ ਪਰਮੇਸ਼ਰ ਜੋ ਹੈ ਉਹਦੇ ਸੰਗੀ ਸਾਥੀ ਬਣ ਗਏ ਹਾਂ। ਨਿਰਮਾਇਲ ਵਾਹਿਗੁਰੂ ਜੋ ਹੈ ਉਹ ਸਾਡੇ ਅੰਗ ਸੰਗ ਵਸਦਾ ਹੈ, ਉਹ ਪ੍ਰਤੀਤ ਹੋਇਆ ਏ। ਚੰਚਲ ਮਤ ਤਿਆਗ ਭਉ ਪੰਜਨ ਪਾਇਆ, ਚੰਚਲ ਮਤ ਤਿਆਗ, ਮਹਾਰਾਜ ਸਾਹਿਬ ਜੀ ਕਹਿੰਦੇ ਵੀ ਚੰਚਲਤਾਈ ਵਾਲੀ ਜਿਹੜੀ ਨਾਨਾ ਤਰ੍ਹਾਂ ਦੇ ਪਦਾਰਥਾਂ ਨੂੰ ਨਿਸ਼ਚੇ ਕਰਨ ਵਾਲੀ ਬੁੱਧੀ ਸੀ, ਅਕਲ ਸੀ, ਉਹਨੂੰ ਤਿਆਗ ਦਿੱਤਾ ਹੈ, ਉਹਦੇ ਤਿਆਗਣੇ ਕਰਕੇ ਭਉ ਪੰਜਨ ਪਾਇਆ, ਜੰਮਣ ਮਰਨ ਦੇ ਡਰ ਨੂੰ ਭੰਨਣ ਨਾਸ਼ ਕਰਨ ਵਾਲਾ ਪਰਮੇਸ਼ਰ ਪਾ ਲਿਆ ਹੈ। ਭਾਵੇ ਹੈ ਵੀ ਜਦ ਤੱਕ ਚੰਚਲਤਾਈ ਹੈ, ਜਦ ਤੱਕ ਮਨ ਹੀ ਠਹਿਰਦਾ, ਬੁੱਧੀ ਹੋਰ ਪਾਸੇ ਲੱਗੀ ਅਕਲ ਸਾਡੀ, ਤਦ ਤੀਕਰ ਪਰਮੇਸ਼ਰ ਨਹੀਂ ਮਿਲਦਾ। ਜਦੋਂ ਹੀ ਚੰਚਲ ਮਤ ਕੋ ਮਤ ਛੱਡ ਦੇਈਦੀ ਹੈ ਤਾਂ ਵਾਹਿਗੁਰੂ ਪ੍ਰਾਪਤ ਹੋ ਗਿਆ ਏ। ਸ਼ਬਦ ਲਿਵ ਲਾਗੀ, ਪਰ ਇਹ ਚੰਚਲ ਮਤ ਦਾ ਤਿਆਗ ਵੀ ਆਪਣੇ ਆਪ ਨਹੀਂ ਹੁੰਦਾ, ਹੋਇਆ ਕਦੋਂ? ਏਕ ਸ਼ਬਦ ਲਿਵ ਲਾਗੀ, ਜਦੋਂ ਗੁਰੂ ਦੀ ਸਿੱਖਿਆ ਦੁਆਰਾ ਇੱਕ ਸ਼ਬਦ, ਪਰਮੇਸ਼ਰ ਜੋ ਹੈ ਸ਼ਬਦ ਅਰਥ ਹੈ ਵਾਹਿਗੁਰੂ, ਇੱਥੇ ਬ੍ਰਹਮ
ਜਦੋਂ ਇੱਕ ਵਾਹਿਗੁਰੂ ਦੇ ਵਿੱਚ ਲੇਹ ਬਿਰਤੀ ਲੱਗ ਗਈ ਤਦੋਂ ਮਤ ਤਿਆਗੀ ਅਸੀਂ ਮਾੜੀ ਤੇ ਵਾਹਿਗੁਰੂ ਮਿਲ ਪਿਆ। ਹਰ ਰਸ ਚਾਖ ਤ੍ਰਿਖਾ ਨਿਵਾਰੀ, ਹਰ ਰਸ ਚਾਖ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਹਰੀ ਪਰਮੇਸ਼ਰ ਦੇ ਨਾਮ ਰਸ ਨੂੰ ਚਖਿਆ ਹੈ, ਪਵ ਨਾਮ ਦਾ ਅਭਿਆਸ ਕੀਤਾ ਹੈ ਤੇ ਤ੍ਰਿਖਾ ਨਿਵਾਰੀ ਤੇ ਤ੍ਰਿਖਾ ਤ੍ਰਿਸ਼ਨਾ ਦੀ ਜਿਹੜੀ ਤ੍ਰੇਹ ਪਿਆਸ ਸੀ ਨਾਮ ਦੇ ਰਸ ਦੁਆਰਾ ਨਿਵਰਤ ਕਰ ਲਈਏ। ਹਰ ਮੇਲ ਲਏ ਵੱਡ ਭਾਗੀ, ਉਹ ਵੱਡੇ ਭਾਗਾਂ ਵਾਲੇ ਹਰੀ ਪਰਮੇਸ਼ਰ ਨੇ ਆਪਣੇ ਸਰੂਪ ਦੇ ਨਾਲ ਹੀ ਮੇਲ ਲਏ ਹਨ ਸਾਰੇ। ਅਭਰਤ ਸਿੰਚ ਭਏ ਸੁਬਰ ਸਰ, ਹਾਂ ਅਭਰਤ ਏਦਾਂ ਹੀ ਉਚਾਰਨ ਕਰਨਾ, ਜਿਹੜੇ ਤੇ ਥੋੜਾ ਜਿਹਾ ਰੁਕਣਾ ਦੇ ਨਾਲ ਹੀ ਭਰਤ ਬੋਲ ਦੇਣਾ। ਅਭਰਤ ਸਿੰਚ ਭਏ ਸੁਭਰ ਸਰ, ਮਹਾਰਾਜ ਜੀ ਕਹਿੰਦੇ ਵੀ ਜਿਹੜੇ ਅਭਰਤ ਤੋਂ ਭਾਵ ਜਿਹੜੇ ਭਰਦੇ ਨਹੀਂ ਸਨ ਹਿਰਦੇ, ਜਿਹੜੇ ਇੰਦਰੇ ਖਾਲੀ ਰਹਿੰਦੇ ਸਨ, ਕਦੀ ਤ੍ਰਿਸ਼ਨਾ ਮੁੱਕਦੀ ਨਹੀਂ ਸੀ, ਸੰਤੁਸ਼ਟ ਨਹੀਂ ਸੀ ਹੁੰਦਾ। ਸਿੰਚ ਭਏ ਸੁਭਰ ਸਰ, ਕਹਿੰਦੇ ਵੀ ਉਹ ਹਿਰਦੇ ਨੂੰ ਗੁਰੂ ਸਾਹਿਬ ਜੀ ਦੇ ਉਪਦੇਸ਼ ਦੁਆਰਾ ਨਾਮ ਰੂਪੀ ਅੰਮ੍ਰਿਤ ਜਲ ਜਿਹੜਾ ਹੈ ਉਹ ਸਿੰਚਿਆ ਹੈ, ਭਾਵ ਕਿ ਨਾਮ ਦਾ ਅਭਿਆਸ ਕੀਤਾ ਹੈ, ਜੋ ਹਿਰਦੇ ਦੇ ਵਿੱਚ ਇੰਦਰਿਆਂ ਦੇ ਵਿੱਚ ਪਾਣੀ ਸਿੰਚਣ ਦੀ ਨਿਆਈ ਹੈ। ਭਏ ਸੁਭਰ ਸਰ ਤੇ ਸਰ ਸਰੋਵਰ ਦੀ ਨਿਆਈ ਗੁਣਾਂ ਦੇ ਸਹਿਤ ਸੁਭਰ ਲਵਾ ਲਾਭ ਨੱਕੋ ਨੱਕੀ ਭਰ ਗਏ, ਭਾਵ ਇੰਦਰੇ ਵੀ ਤੇ ਹਿਰਦਾ ਵੀ ਗੁਣਾਂ ਦੇ ਨਾਲ ਲਵਾ ਲਵ ਭਰ ਗਿਆ ਜਦੋਂ ਨਾਮ ਦਾ ਜਲ ਅੰਦਰ ਪਾਇਆ। ਗੁਰਮਤ ਸਾਚ ਨਿਹਾਲਾ, ਗੁਰਮਤ ਗੁਰੂ ਦੀ ਸਿੱਖਿਆ ਦੁਆਰਾ ਸਾਚ ਨਿਹਾਲਾ ਸੱਚ ਸਰੂਪ ਨੂੰ ਪਾ ਕੇ ਨਿਹਾਲਾ ਨਿਹਾਲ ਦੁੱਖਾਂ ਤੋਂ ਰਹਿਤ ਹੋ ਗਏ, ਜਾਂ ਨਿਹਾਲਾ ਨਾਮ ਵੇਖਣ ਦਾ ਵੀ ਗੁਰੂ ਦੀ ਮਤ ਦੁਆਰਾ ਸੱਚੇ ਵਾਹਿਗੁਰੂ ਨੂੰ ਵੇਖ ਲਿਆ ਏ। ਮਨ ਰਤ ਨਾਮ ਰਤੇ ਨਿਹ ਕੇਵਲ, 1233 ਅੰਗ ਤੇ ਮਹਾਰਾਜ ਸਾਹਿਬ ਕਹਿੰਦੇ ਵੀ ਉਹ ਮਨ ਦੀ ਪ੍ਰੀਤ ਕਰਕੇ ਮਨ ਰਤ ਨਾਮ ਰਤੇ ਨਿਹ ਕੇਵਲ, ਜਿਹੜੇ ਮਨ ਦੀ ਪ੍ਰੀਤ ਕਰਕੇ ਉਸ ਨਿਹ ਕੇਵਲ ਜਿਹੜਾ ਸ਼ੁੱਧ ਸਰੂਪ ਵਾਹਿਗੁਰੂ ਹੈ ਉਹਦੇ ਨਾਮ ਰੰਗ ਦੇ ਵਿੱਚ ਰੰਗੇ ਗਏ ਹਨ। ਆਦ ਜੁਗਾਦ ਦਇਆਲਾ, ਜੋ ਪਰਮੇਸ਼ਰ ਦਇਆਲੂ ਦਇਆ ਦਾ ਘਰ ਵਾਹਿਗੁਰੂ, ਆਦ ਜੁਗਾਦ ਸਦਾ ਹੀ ਸਦਾ ਦਇਆਲਤਾ ਕਰਨ ਵਾਲਾ ਹੈ, ਜਿਹੜੇ ਮਨ ਚਿੱਤ ਦੀ ਪ੍ਰੀਤੀ ਕਰਕੇ ਉਸ ਵਾਹਿਗੁਰੂ ਦੇ ਨਾਮ ਵਿੱਚ ਰੰਗੇ ਨੇ ਉਹ ਸ਼ੁੱਧ ਸਰੂਪ ਨੂੰ ਪ੍ਰਾਪਤ ਹੋ ਗਏ ਹਨ। ਉਹ ਵਾਹਿਗੁਰੂ ਦੀ ਪ੍ਰੀਤੀ ਕਰਕੇ ਉਹ ਨੇਹ ਕੇਵਲ ਸ਼ੁੱਧ ਸਰੂਪ ਵਾਹਿਗੁਰੂ ਦੇ ਨਾਮ ਚ ਰੰਗੇ ਹਨ। ਮੋਹਨ ਮੋਹ ਲਿਆ ਮਨ ਮੋਰਾ, ਮੋਹੇ ਹਾਂਜੀ ਮੋਹਨ ਮੋਹੇ ਲਿਆ ਮਨ ਮੋਰਾ, ਮੋਹਨ ਮੋਹੇ ਲਿਆ ਮਨ ਮੋਰਾ। ਮਹਾਰਾਜ ਕਹਿੰਦੇ ਹੇ ਸੰਤ ਜਨ, ਜੋ ਮੋਹਨ ਮੋਹਿਤ ਕਰਨ ਵਾਲਾ ਹੈ ਸਾਰਿਆਂ ਨੂੰ ਪਰਮੇਸ਼ਰ, ਉਹਨੇ ਮੋਰਾ ਮੇਰਾ ਮਨ ਚਿੱਤ ਵੀ ਆਪਣੇ ਸਰੂਪ ਦੇ ਵਿੱਚ ਮੋਹੇ ਲਿਆ ਮੋਹ ਲਿਆ ਹੈ ਮੋਹੇ ਲਿਆ ਮੋਹਿਤ ਕਰ ਲਿਆ, ਭਾਵ ਆਪਣੇ ਵੱਲ ਮੇਰੀ ਬਿਰਤੀ ਖਿੱਚ ਲਈ ਹੈ। ਵੱਡੇ ਭਾਗ ਲਿਵ ਲਾਗੀ, ਵੱਡਿਆਂ ਭਾਗਾਂ ਕਰਮਾਂ ਕਰਕੇ ਮੇਰੀ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਚਰਨਾਂ 'ਚ ਲਿਵ ਜੁੜ ਗਈ ਲੱਗ ਗਈ ਹੈ। ਸਾਚ ਵਿਚਾਰ ਕਿਲ ਬਿਖ ਦੁੱਖ ਕਾਟੇ, ਸੱਚੇ ਸਰੂਪ ਵਾਹਿਗੁਰੂ ਦੀ ਵਿਚਾਰ ਕਰਕੇ ਚੌਵੇਂ ਤਰ੍ਹਾਂ ਦੇ ਜਿਹੜੇ ਪਾਪ ਸਨ, ਚਾਰ ਪ੍ਰਕਾਰ ਦੇ ਜੰਮਣ ਮਰਨ ਦੇ ਦੁੱਖ ਸਨ, ਜਿਹੜੇ ਦੇ ਪਾਪ ਸਨ ਸਾਰੇ ਕੱਟੇ ਗਏ ਨਾਸ ਹੋ ਗਏ ਨੇ। ਮਨ ਨਿਰਮਲ ਅਨਰਾਗੀ, ਮਨ ਜਿਹੜਾ ਚਿੱਤ ਹੈ ਵੀ ਨਿਰਮਲ ਸ਼ੁੱਧ ਸਰੂਪ ਜੋ ਹੋ ਗਿਆ ਹੈ, ਤੇ ਜੋ ਸ਼ੁੱਧ ਸਰੂਪ ਵਾਹਿਗੁਰੂ ਉਹਦਾ ਅਨੁਰਾਗੀ ਪ੍ਰੇਮੀ ਹੋ ਗਿਆ ਹੈ,
ਵਾਹਿਗੁਰੂ ਦੇ ਪ੍ਰੇਮ ਵਿੱਚ ਪ੍ਰੇਮੀ ਹੋ ਕੇ ਮਨ ਨਿਰਮਲ ਹੋ ਗਿਆ, ਵਿਕਾਰਾਂ ਦੀ ਮੈਲ ਤੋਂ ਸ਼ੁੱਧ ਰਹਿਤ ਹੋ ਗਿਆ ਏ। ਗਹਿਰ ਗੰਭੀਰ ਸਾਗਰ ਰਤਨਾਗਰ, ਜੋ ਪਰਮੇਸ਼ਰ ਗਹਿਰ ਨਿਰਹਲ ਹੈ, ਹਿਲਦਾ ਨਹੀਂ ਹੈ, ਉਹਨੂੰ ਕੋਈ ਡੁਲਾ ਨਹੀਂ ਸਕਦਾ, ਗੰਭੀਰ ਬੜਾ ਡੂੰਘਾ ਹੈ, ਜਿਹਦੀ ਡੂੰਘਾਈ ਦਾ ਕੋਈ ਮਾਪ ਨਹੀਂ ਦੱਸ ਸਕਦਾ, ਅਤੇ ਸਾਗਰ ਸਮੁੰਦਰ ਵੱਤ ਹੈ, ਰਤਨਾਗਰ ਅਤੇ ਰਤਨਾਂ ਦੀ ਖਾਣ ਹੈ, ਵੀ ਜਿਹਦੇ ਵਿੱਚ ਅਨੇਕਾਂ ਹੀ ਰਤਨ ਗੁਣ ਰੂਪ ਦੇ ਵਿੱਚ ਹਨ। ਅਵਰ ਨਹੀਂ ਅਨ ਪੂਜਾ, ਐਸਾ ਜੋ ਪਰਮੇਸ਼ਰ ਉਹਦੇ ਤੋਂ ਬਗੈਰ ਅਵਰ ਹੋਰ ਕੋਈ ਵੀ ਅਨ ਦੂਸਰਾ ਪੂਜਾ ਪੂਜਣੇ ਯੋਗ ਨਹੀਂ, ਕਿਸੇ ਹੋਰ ਦੀ ਅਸੀਂ ਪੂਜਾ ਨਹੀਂ ਕਰਦੇ। ਸ਼ਬਦ ਵਿਚਾਰ ਭਰਮ ਭਉ ਭੰਜਨ, ਗੁਰਾਂ ਦਾ ਜੋ ਸ਼ਬਦ ਉਪਦੇਸ਼ ਹੈ ਉਹਦੀ ਵਿਚਾਰ ਕਰਕੇ, ਸ਼ਬਦ ਵਿਚਾਰ ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਸਾਰਿਆਂ ਥਾਵਾਂ ਦੇ ਵਸ ਰਿਹਾ ਹੈ, ਇਹ ਗੱਲ ਦੀ ਵਿਚਾਰ ਕੀਤੀ, ਭਰਮ ਭਉ ਭੰਜਨ ਤੇ ਭਰਮ ਅਤੇ ਡਰ ਇਹਨੂੰ ਨਾਸ਼ ਕੀਤਾ ਹੈ ਗੁਰਬਾਣੀ ਪੜ੍ਹ ਕੇ। ਅਵਰ ਨਾ ਜਾਣਿਆ ਦੂਜਾ, ਪਰਮੇਸ਼ਰ ਤੋਂ ਬਗੈਰ ਅਵਰ ਹੋਰ ਕੋਈ ਦੂਜਾ ਜਾਣਿਆ ਹੀ ਨਹੀਂ, ਸਾਡੀ ਦ੍ਰਿਸ਼ਟੀ 'ਚ ਨਹੀਂ ਆਉਂਦਾ, ਮਾਲਕ ਹੀ ਦਿਖਦਾ ਹੈ ਸਭ ਥਾਈ। ਮਨੁਆ ਮਾਰ ਨਿਰਮਲ ਪਦ ਚੀਨਿਆ, ਮਨੁਆ ਮਨ ਦੇ ਮੰਦੇ ਸੁਭਾਅ ਨੂੰ ਮਾਰ ਕੇ, ਮਨੁਆ ਮਾਰ ਮਨ ਨੂੰ ਮਾਰਨਾ ਇਹੀ ਹੈ ਵੀ ਜਿਹੜੀਆਂ ਮਨ ਦੀਆਂ ਵਾਸ਼ਨਾ ਮੰਦੇ ਸੁਭਾਅ ਨੂੰ ਮਾਰ ਕਰਕੇ ਨਿਰਮਲ ਪਦ ਚੀਨਿਆ, ਨਿਰਮਲ ਉਜਲ ਪਦਵੀ ਵਾਲਾ ਜੋ ਬ੍ਰਹਮ ਹੈ ਉਹਨੂੰ ਚੀਨਿਆ ਜਾਣਿਆ, ਆਪਣੇ ਅੰਦਰ ਵੱਸਦਾ ਵੀ ਚੀਨਿਆ ਜਾਣਿਆ ਹੈ, ਤੇ ਸਾਰਿਆਂ 'ਚ ਜੋਤ ਆਤਮਾ ਰੂਪ ਹੋ ਕੇ ਵੱਸ ਰਿਹਾ ਜਾਣ ਲਿਆ ਏ। ਹਰ ਰਸ ਰਤੇ ਅਧਿਕਾਈ, ਤੇ ਚਿਤ ਕਰਕੇ ਵੀ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਰਸ ਦੇ ਵਿੱਚ ਹੀ ਅਧਿਕਾਈ ਅਧਿਕਤਾ ਕਰਕੇ ਬਹੁਲਤਾ ਕਰਕੇ ਰੰਗੇ ਗਏ ਹਾਂ, ਭਾਵ ਬਹੁਤਾ ਹਰੀ ਦੇ ਨਾਮ ਦਾ ਹੀ ਰਸ, ਨਾਮ ਦੀ ਰੰਗਤ ਚੜੀ ਹੈ ਸਾਨੂੰ, ਸਾਡੇ ਮਨ ਨੂੰ, ਸਾਡੀ ਬਿਰਤੀ ਅੰਦਰ। ਏਕ ਸਬੈਨ ਮੈਂ ਅਵਰ ਨਾ ਜਾਣਾ, ਇੱਕ ਪਰਮੇਸ਼ਰ ਹੈ ਅਦਵਾਜ ਸਰੂਪ, ਉਹ ਤੋਂ ਬਗੈਰ ਹੋਰ ਕਿਸੇ ਦੂਸਰੇ ਨੂੰ ਨਹੀਂ, ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਜਾਣਾ ਜਾਣਦਾ ਹੀ ਨਹੀਂ ਵੀ ਦੂਜਾ ਕੋਈ ਹੈ। ਸਤਿਗੁਰ ਬੂਝ ਬੁਝਾਈ, ਇਹ ਸਤਿਗੁਰੂ ਅਕਾਲ ਪੁਰਖ ਨੇ ਆਪ ਹੀ ਸਾਨੂੰ ਬੂਝ ਸਿੱਖਿਆ, ਬੁਝਾਉਣਾ ਸਮਝਾਉਣਾ ਕੀਤੀ ਹੈ। ਅਗਮ ਅਗੋਚਰ ਅਨਾਥ ਅਜੂਨੀ, ਜੋ ਵਾਹਿਗੁਰੂ ਅਗਮ ਮਨ ਦੀ ਗਮਤਾ ਤੋਂ ਰਹਿਤਾ, ਭਾਵ ਮਨ ਦੇ ਸੰਕਲਪਾਂ ਵਿਕਲਪਾਂ ਦਾ ਵਿਸ਼ਾ ਨਹੀਂ ਹੈ, ਅਗੋਚਰ ਇੰਦਰੀਆਂ ਦੇ ਵਿਸ਼ੇ ਹੈ, ਇੰਦਰੀਆਂ ਕਰਕੇ ਨਹੀਂ ਉਹਨੂੰ ਅਸੀਂ ਪ੍ਰਾਪਤ ਕਰ ਸਕਦੇ, ਅਨਾਥ ਜਿਹਦਾ ਕੋਈ ਸਵਾਮੀ ਨਾਥ ਨਹੀਂ ਹੈ, ਅਜੂਨੀ ਦੇ ਜੋ ਅਜੂਨ ਅਜਨਮਾ ਹੈ, ਅਜਨਮਾ ਸਰੂਪ ਜਿਹੜਾ ਜੂਨਾਂ 'ਚ ਜੰਮਣ ਮਰਨ 'ਚ ਨਹੀਂ ਆਉਂਦਾ। ਗੁਰਮਤ ਇੱਕੋ ਜਾਣੇ ਆ, ਮਹਾਰਾਜ ਕਹਿੰਦੇ ਅਸੀਂ ਗੁਰੂ ਦੀ ਮਤ ਲੈ ਕੇ ਉਸ ਇੱਕ ਅਕਾਲ ਪੁਰਖ ਨੂੰ ਹੀ ਸਾਰਿਆਂ ਦੇ ਵਿੱਚ ਵਾਹਿਗੁਰੂ ਨੂੰ ਜਾਣਨਾ ਕੀਤਾ ਹੈ। ਪਰ ਭਰੇ ਨਾਹੀ ਚਿਤ ਡੋਲੇ, ਵਾਹਿਗੁਰੂ ਦੇ ਪ੍ਰੇਮ ਰੂਪੀ ਜਲ ਦੇ ਨਾਲ ਹੁਣ ਚਿਤ ਰੂਪੀ ਸਰੋਵਰ ਸੁਵਰ ਲਵਾ ਲਵ ਭਰ ਗਿਆ ਹੈ, ਅੰਦਰ ਪ੍ਰੇਮ ਹੀ ਪ੍ਰੇਮ ਹੈ, ਇੰਨਾ ਕੁ ਪ੍ਰੇਮ ਹੈ ਕੋਈ ਥਾਂ ਰਹਿ ਹੀ ਨਹੀਂ ਗਈ ਡੋਲਣ ਜੋਗੀ, ਤੇ ਹੁਣ ਇਸ ਕਰਕੇ ਚਿੱਤ ਵਿਸ਼ੇ ਵਿਕਾਰ ਪਦਾਰਥਾਂ ਦੇ ਵਿੱਚ ਡਿੱਕੋ ਡੋਲੇ ਖਾਣ ਤੋਂ ਰਹਿ ਗਿਆ, ਡੋਲਦਾ ਨਹੀਂ ਹੈ। ਮਨ ਹੀ ਤੇ ਮਨ ਮਾਨਿਆ, ਮਨ ਹੀ ਤੇ ਗੁਰੂ ਸਾਹਿਬ ਜੀ ਦੇ ਮਨ ਮੰਤਰ ਨੂੰ ਕਹਿੰਦੇ ਵੀ ਹਿਰਦੇ ਵਿੱਚ ਵਸਾਉਣ ਤੋਂ ਹੀ ਮਨ ਮਾਨਿਆ, ਮੇਰਾ ਮਨ ਵਾਹਿਗੁਰੂ ਤੇ ਮੰਨ ਗਿਆ, ਭਤੀਜ ਗਿਆ ਹੈ, ਜਾਂ ਮਨ ਹੀ ਤੇ ਮਨ ਮਾਨਿਆ ਦਾ ਅਰਥ ਇਵੇਂ ਵੀ ਕਰਦੇ ਵੀ ਅੰਦਰੋਂ ਮਨ ਹੀ ਮਨ, ਅੰਤਰ ਆਤਮੇ ਅੰਦਰੋਂ ਹੀ ਸਾਨੂੰ ਸੋਝੀ ਆ ਗਈ ਗੁਰਾਂ ਦੀ ਬਾਣੀ ਦੁਆਰਾ, ਅਸ਼ੁੱਧ ਮਨ
ਸ਼ੁੱਧ ਮਨ ਦੀ ਸਿੱਖਿਆ ਕਰਕੇ ਮੰਨ ਗਿਆ ਵਾਹਿਗੁਰੂ ਦਾ ਨਾਮ ਜਪਣਾ। ਗੁਰ ਪ੍ਰਸਾਦੀ ਅਕਥੋ ਕਥੀ ਹੈ, ਗੁਰਾਂ ਦੀ ਕਿਰਪਾ ਦੁਆਰਾ ਜੋ ਅਕਥੋ ਕਥਨ ਤੋਂ ਰਹਿਤ ਸਰੂਪ ਵਾਹਿਗੁਰੂ ਹੈ, ਕਥੀ ਹੈ, ਉਹਦੇ ਜਸ ਨੂੰ ਉਹਦੇ ਗੁਣਾਂ ਨੂੰ ਕਥਨ ਕਰੀਦਾ ਏ। ਕਹੋ ਕਹਾਵੈ ਸੋਈ, ਸੋਈ ਉਸ ਪਰਮੇਸ਼ਰ ਦੇ, ਕਹੋ ਕਹਾਵੈ ਸੋਈ, ਤੇ ਸੋਈ ਦਾ ਭਾਵ ਉਸ ਵਾਹਿਗੁਰੂ ਦੇ ਜਸ ਨੂੰ ਆਪ ਕਹੋ, ਅਸੀਂ ਕਹਿਣਾ ਕਰਦੇ ਹਾਂ ਤੇ ਕਹਾਵੇ ਹੋਰਨਾਂ ਕੋਲੋਂ ਕਹਾਉਂਦੇ ਹਾਂ। ਨਾਨਕ ਜਾਂ ਕਹੋ ਕਹਾਵੇ ਸੋਈ ਵੀ, ਜਿਵੇਂ ਸਤਿਗੁਰੂ ਅਕਾਲ ਪੁਰਖ ਸਾਡੇ ਕੋਲੋਂ ਆਪਣਾ ਜਸ ਕਹਾਉਂਦਾ ਹੈ, ਉਸੇ ਪ੍ਰਕਾਰ ਹੀ ਅਸੀਂ ਉਸ ਵਾਹਿਗੁਰੂ ਦੇ ਜਸ ਨੂੰ ਕਹਾਵੇ ਕਥਨ ਕਰਦੇ ਹਾਂ। ਨਾਨਕ ਦੀਨ ਦਇਆਲ ਹਮਾਰੇ, ਕਹੋ ਕਹਾਵੇ, ਜਿਵੇਂ ਮਹਾਰਾਜ ਜੀ ਕਹਿੰਦੇ ਵਾਹਿਗੁਰੂ ਕਹਾਵੇ ਕਹਾਉਂਦਾ ਹੈ, ਉਸੇ ਤਰ੍ਹਾਂ ਅਸੀਂ ਕਹੋ ਕਹਿੰਦੇ ਹਾਂ ਉਸ ਪਰਮੇਸ਼ਰ ਦੇ ਜਸ ਨੂੰ। ਨਾਨਕ ਦੀਨ ਦਇਆਲ ਹਮਾਰੇ, ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜੋ ਸਾਡੇ ਦੀਨਾਂ ਗਰੀਬਾਂ ਤੇ ਦਇਆ ਕਰਨ ਵਾਲੇ ਪਿਆਰੇ ਪਰਮੇਸ਼ਰ ਅਕਾਲ ਪੁਰਖ ਜੀ ਹਨ, ਅਵਰਤ ਨਾ ਜਾਣਿਆ ਕੋਈ, ਉਹੀ ਮੇਰਾ ਆਪਣਾ ਹੈ, ਉਸ ਵਾਹਿਗੁਰੂ ਤੋਂ ਬਗੈਰ ਮੈਂ ਹੋਰ ਕਿਸੇ ਨੂੰ ਆਪਣਾ ਆਸਰਾ ਨਹੀਂ ਮੰਨਿਆ ਜਾਣਿਆ। ਸਾਰਗ ਮਹੱਲਾ ਤੀਜਾ, ਅਸ਼ਟਪਦੀਆ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਦੋ ਸ਼ਬਦ ਆਏ ਨੇ ਅੱਠ ਪਦਿਆਂ ਵਾਲੇ, ਸਾਰਗ ਰਾਗ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਅੱਠ ਪਦਿਆਂ ਵਾਲੀ ਬਾਣੀ ਆਰੰਭ ਹੁੰਦੀ ਹੈ। ਮਹਾਰਾਜ ਪਹਿਲੇ ਘਰ ਦੇ ਵਿੱਚ ਗੁਰਬਾਣੀ ਉਚਾਰਦੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਇੱਕ ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਸਿੱਖਾਂ ਨੇ ਗੋਂਦਵਾਲ ਸਾਹਿਬ ਬੇਨਤੀ ਕੀਤੀ ਸੀ ਮਹਾਰਾਜ ਨੂੰ ਵੀ ਦੁਨਿਆਵੀ ਲੋਕ ਵੱਡੀਆਂ ਵੱਡੀਆਂ ਪਦਵੀਆਂ ਦੇ ਅਮੀਰ ਬਣਨ ਦੀ, ਮਹਾਰਾਜ ਸਾਹਿਬ ਜੀ ਸਾਧ ਬਣਨਾ, ਦੇਵਤੇ ਬਣਨਾ, ਇਹਨੂੰ ਹੀ ਵਡਿਆਈ ਸਮਝਦੇ ਹਨ। ਤੁਸੀਂ ਦੱਸੋ ਵੀ ਅਸਲੀ ਵਡਿਆਈ ਵੱਡੀ ਕਿਹੜੀ ਹੈ, ਕਿਹੜੀ ਪਦਵੀ ਵੱਡੀ ਹੈ? ਤਾਂ ਮਹਾਰਾਜ ਕਹਿੰਦੇ, ਮਨ ਮੇਰੇ ਹਰ ਕੈ ਨਾਮ ਵਡਾਈ, ਪਾਤਸ਼ਾਹ ਕਹਿੰਦੇ ਮੇਰੇ ਪਿਆਰੇ ਮਨਾ, ਸਮਝਾਉਂਦੇ ਸਾਨੂੰ ਨੇ, ਸੰਬੋਧਨ ਮਨ ਨੂੰ ਕਰਦੇ ਨੇ, ਮਨਾ ਹਰੀ ਪਰਮੇਸ਼ਰ ਦੇ ਨਾਮ ਕਰਕੇ ਹੀ ਵਡਾਈ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪੀ ਅਸਲੀ ਵਡਿਆਈ ਸੋਭਾ ਪ੍ਰਾਪਤ ਹੁੰਦੀ ਹੈ। ਜਿਹੜਾ ਵਾਹਿਗੁਰੂ ਦਾ ਨਾਮ ਜਪਣਾ, ਇਹੀ ਸਭ ਤੋਂ ਵੱਡੀ ਵਡਿਆਈ, ਇਹਦੇ ਨਾਲ ਹੀ ਲੋਕ ਪਰਲੋਕ ਇੱਜ਼ਤ ਮਿਲਦੀ ਹੈ। ਹਰ ਬਿਨਾ ਅਵਰ ਨਾ ਜਾਣਾ ਕੋਈ, ਮੈਂ ਹਰੀ ਪਰਮੇਸ਼ਰ ਤੋਂ ਬਗੈਰ ਹੋਰ ਕਿਸੇ ਨੂੰ, ਮਹਾਰਾਜ ਕਹਿੰਦੇ ਵੀ ਸਮਰੱਥ ਆਪਣਾ ਆਸਰਾ ਅਵਰ ਸਥਾਨ ਚ ਜਾਣਦਾ ਹੀ ਨਹੀਂ ਹੈ ਦੂਜੇ ਨੂੰ। ਹਰ ਕੈ ਨਾਮ ਮੁਕਤ ਗਤ ਪਾਈ, ਕਿਉਂਕਿ ਹਰੀ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਹੀ ਮੁਕਤੀ ਦੀ ਗਤ ਨਾਮ ਹੈ ਪ੍ਰਾਪਤੀ, ਜਾਂ ਗਤ ਨਾਮ ਹੈ ਅਵਸਥਾ ਹਾਲਤ, ਵੀ ਜਿਹਦੇ ਨਾਲ ਮੁਕਤ ਹੋ ਜਾਈਦਾ ਏ, ਉਹ ਅਵਸਥਾ ਨਾਮ ਜਪ ਕੇ ਪਾਈ ਹੈ। ਰਹਾਉ ਸ਼ਬਦ ਭਉ ਪੰਜਨ, ਜਮ ਕਾਲ ਨਿਖੰਜਨ, ਹਰੀ ਪਰਮੇਸ਼ਰ ਜੋ ਹੈ ਗੁਰਾਂ ਦਾ ਸ਼ਬਦ ਉਪਦੇਸ਼ ਗੁਰੂ ਸਾਹਿਬ ਜੀ ਦੇ ਦੁਆਰਾ, ਗੁਰਾਂ ਦੀ ਬਾਣੀ ਦੁਆਰਾ ਵਾਹਿਗੁਰੂ ਹਰ ਪ੍ਰਕਾਰ ਦੇ ਭਉ ਨੂੰ ਭੰਜਣ ਨਾਸ਼ ਕਰਨ ਵਾਲਾ ਹੈ। ਪਰਮੇਸ਼ਰ ਭੈ ਦੂਰ ਕਰਦਾ ਗੁਰਾਂ ਦੁਆਰਾ, ਤੇ ਗੁਰ ਸ਼ਬਦ ਉਪਦੇਸ਼ ਦੁਆਰਾ ਭੈ ਨੂੰ ਡਰ ਨੂੰ ਨਾਸ਼ ਕਰਨ ਵਾਲਾ ਹੈ। ਜਮ ਕਾਲ ਨਿਖੰਜਨ, ਤੇ ਜੋ ਜਮ ਕਾਲ ਰੂਪ ਹੈ ਉਹਨੂੰ ਨਿਖੰਜਨ ਕੱਟਣ ਵਾਲਾ ਹੈ, ਜੰਮਣ ਮਰਨ ਦੇ ਸਮੇਂ ਨੂੰ ਦੂਰ ਕਰਨ ਵਾਲਾ ਹੈ ਪਰਮੇਸ਼ਰ। ਹਰ ਸੇਤੀ ਲਿਵ ਲਾਈ, ਉਹ ਜੋ ਐਸਾ ਹਰੀ ਗੁਰਾਂ ਦੁਆਰਾ ਕਿਰਪਾ ਕਰਦਾ ਏ, ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਉਸ ਦੇ ਨਾਲ ਅਸੀਂ ਲਿਵ ਲਾਈ ਹੈ, ਉਹ ਹਰੀ ਪਰਮੇਸ਼ਰ ਦੇ ਨਾਲ ਹੀ ਚਿੱਤ ਦੀ ਬਿਰਤੀ ਲਗਾਉਣ ਵਾਲਾ ਹੈ।
ਉਹਦੇ ਨਾਲ ਅਸੀਂ ਆਪਣੀ ਬਿਰਤੀ ਜੋੜੀਏ। ਹਰ ਸੁਖ ਦਾਤਾ ਗੁਰਮੁਖ ਜਾਤਾ, ਜਿਹੜੇ ਗੁਰਮੁਖ ਨੇ ਉਹਨਾਂ ਗੁਰਾਂ ਦੁਆਰਾ ਇਸ ਗੱਲ ਨੂੰ ਜਾਣਿਆ ਵੀ ਹਰੀ ਵਾਹਿਗੁਰੂ ਹੀ ਸਾਰੇ ਸੁੱਖਾਂ ਦਾ ਦਾਤਾ ਏ। ਸਹਿਜੇ ਰਹਿਆ ਸਮਾਧੀ, ਇਸੇ ਕਰਕੇ ਗੁਰਮਤ ਦੁਆਰਾ ਗੁਰਮੁਖਾਂ ਦਾ ਮਨ ਸੁਧੇ ਸੇਧੀ ਸਹਿਜੇ ਸੁਭਾਵਕ ਹੀ ਉਸ ਵਾਹਿਗੁਰੂ ਵਿੱਚ ਰਹਿਆ ਸਮਾਈ ਸਮਾਇਆ ਹੋਇਆ ਲੀਨ ਹੋਇਆ ਰਹਿੰਦਾ ਏ। ਭਗਤਾਂ ਕਾ ਭੋਜਨ ਹਰ ਨਾਮ ਨਿਰੰਜਨ, ਜਿਵੇਂ ਹਰ ਇੱਕ ਨੂੰ ਭੋਜਨ ਖੁਰਾਕ ਦੇ ਚਸਕੇ ਲੱਗੇ ਹੁੰਦੇ ਨੇ, ਕੁਝ ਨਾ ਕੋਈ ਪਕਵਾਨ ਅਸੀਂ ਖਾਣਾ ਚਾਹੁੰਦੇ ਹਾਂ, ਪਰ ਮਹਾਰਾਜ ਕਹਿੰਦੇ ਹਰ ਨਾਮ ਨਿਰੰਜਨ, ਜੋ ਸ਼ੁੱਧ ਸਰੂਪ ਕਾਲਖ ਤੋਂ ਰਹਿਤ ਹਰੀ ਪਰਮੇਸ਼ਰ ਦਾ ਨਾਮ ਹੈ, ਇਹ ਨਾਮ ਦਾ ਅਭਿਆਸ ਕਰਨਾ ਹੀ ਭਗਤਾਂ ਕਾ ਭੋਜਨ, ਇਹੀ ਭਗਤਾਂ ਦਾ ਭੋਜਨ ਖੁਰਾਕ ਹੈ। ਇਸੇ ਕਰਕੇ ਭਗਤ ਜਨ ਆਤਮਕ ਤ੍ਰਿਪਤੀ ਕਰਕੇ ਰੱਜੇ ਰਹਿੰਦੇ ਆਨੰਦਿਤ ਰਹਿੰਦੇ ਹਨ। ਮੈਨਣਾ ਭਗਤ ਬੜਾਈ, ਅਦੇ ਪਰਮੇਸ਼ਰ ਦੀ ਭਗਤੀ ਕਰਨ ਦੀ ਹੋਈ ਬੜਾਈ ਵਡਿਆਈ ਪ੍ਰਾਪਤ ਜੋ ਹੋਣੀ, ਇਹੀ ਉਹ ਸਿਰਪਾਉ ਪਹਿਨਣਾ ਕਰਦੇ ਨੇ, ਇਹੀ ਉਹਨਾਂ ਦਾ ਪੁਸ਼ਾਕਾ ਏ, ਇਹੀ ਇੱਜ਼ਤ ਹੈ ਉਹਨਾਂ ਵਾਸਤੇ। ਘਰ ਵਾਸਾ ਸਦਾ ਹਰ ਸੇਵਾ, ਜਿਹੜੇ ਗੁਰਮੁਖ ਜਨ ਹਮੇਸ਼ਾ ਹੀ ਹਰੀ ਪਰਮੇਸ਼ਰ ਨੂੰ ਸਿਮਰਨਾ ਕਰਦੇ ਨੇ, ਉਹਨਾਂ ਦਾ ਨਿਜ ਸਵੈ ਸਰੂਪ ਰੂਪੀ ਘਰ ਵਿੱਚ ਵਾਹਿਗੁਰੂ ਦੇ ਚਰਨਾਂ 'ਚ ਵਾਸਾ ਹੁੰਦਾ ਹੈ। ਹਰ ਦਰ ਸੋਭਾ ਪਾਈ, ਉਹਨਾਂ ਨੇ ਨਾਮ ਜਪ ਕੇ ਹਰੀ ਪਰਮੇਸ਼ਰ ਦੇ ਸਾਧ ਸੰਗਤ ਰੂਪੀ ਜਾਂ ਸੱਚਖੰਡ ਰੂਪੀ ਦਰ ਦੇ ਵਿੱਚ ਸੋਭਾ ਵਡਿਆਈ ਪਾਉਣਾ ਕੀਤੀ ਹੈ। ਮਨਮੁਖ ਬੁੱਧ ਕਾਚੀ ਮਨੁਆ ਡੋਲ, ਜਿਹੜੇ ਦੇ ਮਨ ਦੇ ਪਿੱਛੇ ਲੱਗਦੇ ਨੇ ਮਨਮੁਖ, ਉਹਨਾਂ ਦੀ ਜਿਹੜੀ ਬੁੱਧੀ ਹੈ ਨਾ ਉਹ ਕਾਚੀ ਕੱਚੀ ਹੈ ਅਤੇ ਕੱਚੇ ਪਦਾਰਥਾਂ ਦੇ ਵਿੱਚ ਹੀ ਲੱਗੀ ਹੋਈ ਰਹਿੰਦੀ ਹੈ, ਇਸੇ ਕਰਕੇ ਮਨੁਆ ਡੋਲ ਹੈ। ਉਹਨਾਂ ਦਾ ਮਨ ਪਦਾਰਥਾਂ 'ਚ ਵਿਸ਼ੇ ਭੋਗਣ 'ਚ ਡਿਕੋ ਡੋਲੇ ਖਾਂਦਾ ਰਹਿੰਦਾ, ਕਦੀ ਇੱਕ ਥਾਂ ਥਿਰ ਨਹੀਂ ਬੈਠਦਾ ਮਨ। ਅਕਥ ਨਾ ਕਥੈ ਕਹਾਣੀ, ਕਿਉਂਕਿ ਮਨਮੁਖ ਪੁਰਖ ਜਿਹੜਾ ਹੈ ਜੋ ਅਕਥ ਕਥਨ ਤੋਂ ਰਹਿ ਸਰੂਪ ਵਾਹਿਗੁਰੂ ਦੀ ਕਹਾਣੀ ਕਥਾ ਨੂੰ ਸਿਫਤ ਸਲਾਹ ਨੂੰ ਕਥਨ ਕਰਨੀ ਨਹੀਂ ਜਾਣਦਾ, ਉਹ ਨਹੀਂ ਵਾਹਿਗੁਰੂ ਦੇ ਗੁਣ ਗਾਉਂਦਾ। ਗੁਰਮਤ ਨਿਹਚਲ ਹਰ ਮਨ ਵਸਿਆ, ਮਹਾਰਾਜ ਸਾਹਿਬ ਜੀ ਕਹਿੰਦੇ ਜਿਹਦੇ ਮਨ ਦੇ ਵਿੱਚ ਗੁਰਮਤ ਪ੍ਰਾਪਤ ਹੋਈ ਹੈ, ਗੁਰਮਤ ਗੁਰੂ ਦੀ ਮਤ ਪ੍ਰਾਪਤ ਕਰਨ ਵਾਲਾ ਨਿਹਚਲ ਹੈ, ਉਹ ਅਚਲ ਅਡੋਲ ਹੋ ਗਿਆ ਏ। ਜਿਵੇਂ ਭਾਈ ਮਨੀ ਸਿੰਘ ਜੀ ਬੰਧ ਬੰਧ ਵੀ ਕੱਢਿਆ ਗਿਆ, ਅਡੋਲ ਹੋ ਗਏ, ਡੋਲੇ ਹੀ ਨਹੀਂ। ਕਾਹਦੇ ਵਾਸਤੇ ਨਹੀਂ ਡੋਲੇ, ਕੀ ਕਾਰਨ? ਕਹਿੰਦੇ ਹਰ ਮਨ ਵਸਿਆ, ਕਿਉਂਕਿ ਗੁਰੂ ਦੀ ਸਿੱਖਿਆ ਦੁਆਰਾ ਉਹਨਾਂ ਦੇ ਮਨ 'ਚ ਹਰੀ ਪਰਮੇਸ਼ਰ ਵਸ ਗਿਆ ਏ। ਅੰਮ੍ਰਿਤ ਸਾਚੀ ਬਾਣੀ, ਅੰਮ੍ਰਿਤ ਸਾਚੀ ਬਾਣੀ ਅਤੇ ਅਮਰ ਕਰਨ ਵਾਲੀ ਅੰਮ੍ਰਿਤ ਰਸ ਦੀ ਭਰੀ ਹੋਈ ਸੱਚੀ ਬਾਣੀ ਹੈ ਉਹਨਾਂ ਦੀ, ਭਾਵ ਬੋਲ ਬਾਣੀ ਵੀ ਕਲਿਆਣਕਾਰੀ ਵੀ ਬੋਲਦੇ ਨੇ, ਜਾਂ ਅੰਮ੍ਰਿਤ ਸਾਚੀ ਬਾਣੀ ਜੋ ਅਮਰ ਕਰਨ ਵਾਲੀ ਸੱਚੇ ਪਰਮੇਸ਼ਰ ਦੀ ਗੁਰਾਂ ਦੀ ਬਾਣੀ ਹੈ, ਉਹ ਵੀ ਹਿਰਦੇ 'ਚ ਵਸਾਈ ਰੱਖਦੇ ਹਨ ਹਰ ਸਮੇਂ। ਮਨ ਕੇ ਤਰੰਗ ਸ਼ਬਦ ਨਿਵਾਰੇ, ਜਿਵੇਂ ਕਿਸੇ ਨਦੀ ਦੇ ਉੱਤੇ ਹਵਾ ਨਾਲ ਤਰੰਗਾਂ ਲਹਿਰਾਂ ਉੱਠਦੀਆਂ ਨੇ ਨਾ, ਇਸੇ ਪ੍ਰਕਾਰ ਮਨ ਕੇ ਤਰੰਗ, ਮਨ ਨੂੰ ਸਮਝ ਲਓ ਵੀ ਇਹ ਇੱਕ ਨਦੀ ਇੱਕ ਦਰਿਆ ਹੈ, ਅਤੇ ਜਿਹੜੇ ਗੁਰਮੁਖ ਜਨ ਨੇ ਉਹਨਾਂ ਨੇ ਆਪਣੇ ਮਨ ਰੂਪੀ ਦਰਿਆ ਦੇ ਜਿਹੜੇ ਤਰੰਗ ਨੇ ਨਾ, ਤਰੰਗ ਤੋਂ ਭਾਵ ਲਹਿਰਾਂ, ਅਤੇ ਇੱਥੇ ਲਹਿਰਾਂ ਦਾ ਭਾਵ ਹੈ ਵੀ ਜਿਹੜੇ ਮਨ ਵਿੱਚ ਫੁਰਨੇ ਉੱਠਦੇ ਹਨ ਸ਼ਬਦ ਨਿਵਾਰੇ, ਉਹ ਗੁਰੂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਗੁਰਮੁਖਾਂ ਨੇ ਨਿਵਿਰਤ ਕਰ ਲਏ ਹਨ। ਜਿਵੇਂ ਹਵਾ ਵਗਣ ਨਾਲ ਲਹਿਰਾਂ ਉੱਠਦੀਆਂ ਨੇ ਤਰੰਗਾਂ, ਹਵਾ ਰੁਕ ਜਾਵੇ ਤਾਂ ਉਹ ਤਰੰਗਾਂ ਲਹਿਰਾਂ ਵੀ ਉੱਠਣੋਂ ਹਟ ਜਾਂਦੀਆਂ, ਇਹ ਮਨ ਰੂਪੀ ਦਰਿਆ ਦੇ ਵਿੱਚੋਂ ਫੁਰਨੇ ਉੱਠ ਰਹੇ ਨੇ ਵਾਸ਼ਨਾ ਦੀ ਹਵਾ ਕਰਕੇ, ਜਦੋਂ ਵਾਸ਼ਨਾ ਖਤਮ ਹੁੰਦੀ ਹੈ ਫੁਰਨੇ ਵੀ ਰੁਕ ਜਾਂਦੇ ਨੇ। ਇਸ ਤਰ੍ਹਾਂ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ
ਉਹਨਾਂ ਦੇ ਅੰਦਰੋਂ ਇਹ ਰੋਗ ਕੱਢ ਲਏ ਹਨ। ਰਸਨਾ ਸਹਿਜ ਸੁਭਾਈ, ਉਹਨਾਂ ਗੁਰਮੁਖਾਂ ਦੀ ਰਸਨਾ ਜਿਹੜੀ ਜਿਹਵਾ ਹੈ ਨਾ, ਉਹ ਵੀ ਸਹਿਜ ਸੁਭਾਈ ਸੁਧੇ ਸਿਧੀ ਪਰਮੇਸ਼ਰ ਦੀ ਸੋਭਾ ਕਰਨ ਵਿੱਚ ਲੱਗੀ ਹੋਈ ਜੁੜੀ ਹੋਈ ਹੈ। ਕੋਈ ਯਤਨ ਨਹੀਂ ਕਰਨਾ ਪੈਂਦਾ ਜ਼ੁਬਾਨ ਤੋਂ, ਜਿਵੇਂ ਸਾਧ ਸੰਗਤ ਆਮ ਲੋਕ ਜਦੋਂ ਕੋਈ ਗੱਲ ਹੁੰਦੀ ਹੈ ਤਾਂ ਸੁਭਾਵਕ ਹੀ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਗੰਦ ਨਿਕਲਦਾ, ਗਾਲਾਂ ਕੱਢਦੇ ਨੇ। ਇੱਦਾਂ ਹੀ ਗੁਰਮੁਖਾਂ ਦੀ ਰਸਨਾ ਜਦੋਂ ਸਹਿਜ ਸੁਭਾਅ ਕੁਝ ਵੀ ਬੋਲਦੀ ਹੈ ਤਾਂ ਉਦੋਂ ਬੋਲਦੀ ਹੈ ਸਤਨਾਮ ਸ੍ਰੀ ਵਾਹਿਗੁਰੂ, ਉਹਦੇ ਵਿੱਚੋਂ ਨਾਮ ਤੇ ਪਰਮੇਸ਼ਰ ਦੀ ਮਹਿਮਾ ਹੀ ਨਿਕਲਦੀ ਹੈ। ਸਤਿਗੁਰ ਮਿਲ ਰਹੀ ਹੈ ਸਦ ਆਪਣੇ, ਇਸ ਕਰਕੇ ਭਾਈ ਸਦਾ ਹੀ ਆਪਣੇ ਸਤਿਗੁਰੂ ਸਾਹਿਬ ਜੀ ਦੇ ਨਾਲ ਮਿਲ ਕੇ ਰਹਿਣਾ ਕਰੀਏ, ਗੁਰੂ ਤੋਂ ਬੇਮੁਖ ਨਾ ਹੋ, ਗੁਰੂ ਦੇ ਚਰਨਾਂ ਨਾਲ ਲੱਗੇ ਰਹੋ। ਇਨ ਹਰ ਸੇਤੀ ਲਿਵ ਲਾਈ, ਜਿਸ ਗੁਰੂ ਨਾਨਕ ਦੇਵ, ਜਿਸ ਗੁਰੂ ਨੇ, ਜਿਸ ਅਕਾਲ ਪੁਰਖ ਨੇ, ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਹਰੀ ਪਰਮੇਸ਼ਰ ਦੇ ਨਾਲ ਸਿੱਖਾਂ ਦੀ ਲਿਵ ਬਿਰਤੀ ਲਾਉਣਾ ਕੀਤੀ ਹੈ, ਜਾਂ ਜਿਨ ਹਰ ਸੇਤੀ ਲਿਵ ਲਾਈ, ਕਿਹੜੇ ਸਤਿਗੁਰੂ ਨਾਲ ਜੁੜੇ ਰਹਿਣਾ ਹੈ, ਜਿਸ ਗੁਰੂ ਨਾਨਕ ਦੇਵ ਮਹਾਰਾਜ ਨੇ ਪਰਮੇਸ਼ਰ ਦੇ ਨਾਲ ਆਪਣੀ ਬਿਰਤੀ ਸਦਾ ਵਾਸਤੇ ਜੁੜੀ ਹੋਈ ਹੈ। ਮਨ ਸ਼ਬਦ ਮਰੈ ਤਾਂ ਮੁਕਤ ਹੋਵੇ, ਸਾਧ ਸੰਗਤ ਮੁਕਤੀ ਵਾਸਤੇ ਜ਼ਰੂਰੀ ਹੈ ਵੀ ਮਨ ਮਰ ਜਾਵੇ। ਮਨ ਮਰਨ ਤੋਂ ਭਾਵ ਵੀ ਮੰਦਾ ਸੁਭਾਅ ਮਰੇ, ਪਰ ਇਹ ਮਰਦਾ ਕਿਵੇਂ ਹੈ? ਮਨ ਸ਼ਬਦ ਮਰੈ, ਜਦੋਂ ਇਹ ਮਨ ਗੁਰਾਂ ਦੇ ਸ਼ਬਦ ਉਪਦੇਸ਼ ਬਾਣੀ ਦੀ ਕਮਾਈ ਕਰਕੇ ਮਰੇ ਮਰ ਜਾਂਦਾ ਹੈ, ਜੀਵਤ ਭਾਵ ਵੱਲੋਂ ਮਨ ਦਾ ਮੰਦਾ ਸੁਭਾਅ ਖਤਮ ਹੋ ਜਾਂਦਾ ਹੈ, ਤਾਂ ਮੁਕਤੋ ਹੋਵੇ, ਤਦੋਂ ਇਹ ਫਿਰ ਹੰਗਤਾ ਮਮਤਾ ਕਰਤਾ ਭੋਗਤਾ ਵਿਸ਼ੇ ਵਾਸ਼ਨਾ ਤੋਂ ਮੁਕਤ ਆਜ਼ਾਦ ਹੋ ਜਾਂਦਾ, ਇਹਨੂੰ ਆਜ਼ਾਦੀ ਮਿਲ ਜਾਂਦੀ ਹੈ। ਜਿੰਨਾ ਚਿਰ ਇਹ ਹੰਗਤਾ ਮਮਤਾ ਦੇ ਵਿੱਚ ਬੱਝਾ ਰਹਿੰਦਾ ਹੈ, ਉਹਨਾਂ ਚਿਰ ਗੁਲਾਮ ਹੈ, ਗੁਲਾਮੀ 'ਚ ਇਹ ਫਿਰ ਬਹੁਤ ਦੁੱਖ ਪਾਉਂਦਾ ਹੈ। ਗੁਰ ਸ਼ਬਦ ਦੁਆਰਾ ਜਦੋਂ ਮਨ ਜੀਵਤ ਭਾਵ ਤੋਂ ਮਰਦਾ ਹੈ, ਜਿਉਂਦਿਆਂ ਹੀ ਆਪਣੇ ਆਪ ਨੂੰ ਮਰਿਆ ਸਮਝ ਕੇ ਨਿੰਦਾ ਕਰਨੀ, ਲੜਾਈ ਕਰਨੀ, ਝਗੜੇ ਕਰਨੇ, ਵੈਰ ਵਿਰੋਧ ਛੱਡ ਦਿੰਦਾ ਹੈ, ਤਦੋਂ ਮੁਕਤ ਹੋ ਜਾਂਦਾ ਜੰਮਣ ਮਰਨ ਤੋਂ। ਹਰ ਚਰਣੀ ਚਿਤ ਲਾਈ, ਜੀਵਤ ਭਾਵ ਤੋਂ ਮਰਦਾ ਕਿਵੇਂ? ਉਹਦੀ ਅੱਗੇ ਜੁਗਤ ਇਹ ਹੈ ਵੀ ਹਰ ਚਰਣੀ ਚਿਤ ਲਾਈ, ਜੇ ਹਰੀ ਪਰਮੇਸ਼ਰ ਦੇ ਚਰਨ ਕਮਲਾਂ ਨਾਲ ਚਿੱਤ ਦੀ ਬਿਰਤੀ ਲਾਉਣਾ ਕਰੇ, ਤਦੋਂ ਜੀਵਤ ਭਾਵ ਤੋਂ ਮਰਦਾ ਹੈ ਮਨ। ਹਰ ਸਰ ਸਾਗਰ ਸਦਾ ਜਲ ਨਿਰਮਲ, ਹਰੀ ਪਰਮੇਸ਼ਰ ਜੋ ਹੈ ਨਾ, ਉਹ ਸਰ ਸਦਰਸ ਬਰਾਬਰ ਹੈ ਕਿਹਦੇ? ਸਾਗਰ। ਉਹ ਸਾਗਰ ਸਮੁੰਦਰ ਦੇ ਸਦਰਸ ਹੈ, ਜਿਵੇਂ ਸਮੁੰਦਰ ਪਾਣੀ ਦੇ ਨਾਲ ਲਬਾਲਬ ਭਰਿਆ ਹੈ, ਇਸੇ ਤਰ੍ਹਾਂ ਸਦਾ ਜਲ ਨਿਰਮਲ। ਇਹ ਗੁਰੂ ਮਹਾਰਾਜ ਸਾਹਿਬ ਕਹਿੰਦੇ ਪਰਮੇਸ਼ਰ ਐਸਾ ਸਮੁੰਦਰ ਹੈ ਜਿਹਦੇ ਵਿੱਚ ਹਮੇਸ਼ਾ ਹੀ ਨਿਰਮਲ ਉੱਜਲ ਉਪਦੇਸ਼ ਰੂਪੀ ਜਾਂ ਉੱਜਲ ਜੀਵਨ ਕਰਨ ਵਾਲਾ ਨਾਮ ਰੂਪੀ ਜਲ ਭਰਿਆ ਹੋਇਆ ਐਸਾ ਸਮੁੰਦਰ ਹੈ ਵਾਹਿਗੁਰੂ। ਨਹਾਵੇ ਸਹਿਜ ਸੁਭਾਈ, ਨਹਾਵੇ ਨਹਾਉਣ ਨਾਲ ਸੰਬੰਧਿਤ ਹੈ ਤੇ ਭਾਰਾ ਕਰਕੇ ਬੋਲਣਾ, ਨਹਾਵੇ ਸਹਿਜ ਸੁਭਾਈ। ਤੇ ਜਿਹੜਾ ਹਰੀ ਪਰਮੇਸ਼ਰ ਮਹਾਰਾਜ ਕਹਿੰਦੇ ਵੀ ਉਪਦੇਸ਼ ਰੂਪੀ ਜਾਂ ਨਾਮ ਰੂਪੀ ਜਲ ਨਾਲ ਭਰਿਆ ਹੈ, ਜਿਹੜਾ ਵੀ ਉਸ ਉਪਦੇਸ਼ ਰੂਪੀ ਪਾਣੀ 'ਚ ਜਾਂ ਵਾਹਿਗੁਰੂ ਦੇ ਨਾਮ ਰੂਪੀ ਜਲ ਦੇ ਨਾਲ ਨਹਾਵੇ ਨਹਾਉਂਦਾ ਇਸ਼ਨਾਨ ਕਰਦਾ ਹੈ, ਸਹਿਜ ਸੁਭਾਈ ਸਹਿਜ ਸ਼ਾਂਤੀ ਵਾਲਾ ਸੁਭਾਈ ਸੁਭਾਅ ਨੂੰ ਪ੍ਰਾਪਤ ਹੋ ਜਾਂਦਾ ਹੈ, ਜਾਂ ਸਹਿਜ ਸੁਭਾਈ ਸਹਿਜ ਸੁਭਾਈ ਉਹ ਵਾਹਿਗੁਰੂ 'ਚ ਜੁੜ ਕੇ ਪਵਿੱਤਰ ਹੋ ਜਾਂਦਾ ਏ। ਸ਼ਬਦ ਵਿਚਾਰ ਸਦਾ ਰੰਗ ਰਾਤੇ, ਜਿਹੜੇ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਬਾਣੀ ਦੀ ਵਿਚਾਰ ਕਰਕੇ
ਹਮੇਸ਼ਾ ਹੀ ਵਾਹਿਗੁਰੂ ਦੀ ਪ੍ਰਾਪਤੀ ਵਾਲਾ ਜਿਹੜਾ ਪ੍ਰੇਮ ਉਹ ਚੁਰੰਗੇ ਰਹਿੰਦੇ ਨੇ। ਪਰਮੇਸ਼ਰ ਦਾ ਪ੍ਰੇਮ ਜਿਨ੍ਹਾਂ ਦੇ ਅੰਦਰ ਲੱਗਾ ਰਹਿੰਦਾ ਹੈ, ਰੰਗ ਚੜਿਆ ਰਹਿੰਦਾ ਹੈ, ਹਉਮੈ ਤ੍ਰਿਸ਼ਨਾ ਮਾਰੀ ਉਹਨਾਂ ਨੇ ਦੇ ਦੀ ਹਉਮੈ ਹੰਗਤਾ ਤੇ ਰਸਾਂ ਕਸਾਂ ਦੇ ਭੋਗਣ ਦੀ ਤ੍ਰਿਸ਼ਨਾ ਨਾਮ ਦੇ ਅਭਿਆਸ ਦੁਆਰਾ, ਨਾਮ ਦੇ ਪ੍ਰਤਾਪ ਕਰਕੇ ਮਾਰ ਲਈ, ਮੇਟ ਲਈ ਅੰਦਰੋਂ। ਅੰਤਰ ਨਿਹ ਕੇਵਲ ਹਰ ਰਵਿਆ, ਉਹਨਾਂ ਗੁਰਮੁਖਾਂ ਨੇ ਮਹਾਰਾਜ ਸਾਹਿਬ ਜੀ ਕਹਿੰਦੇ ਆਪਣੇ ਹਿਰਦੇ ਦੇ ਅੰਤਰ ਵਿੱਚ ਜੋ ਨਿਹ ਕੇਵਲ ਸ਼ੁੱਧ ਸਰੂਪ ਵਾਸ਼ਨਾ ਤੋਂ ਰਹਿਤ ਵਾਹਿਗੁਰੂ ਹੈ, ਹਰ ਰਵਿਆ ਉਸ ਹਰੀ ਪਰਮੇਸ਼ਰ ਦੇ ਨਾਮ ਨੂੰ ਹੀ ਰਵਿਆ ਉਚਾਰਨ ਕੀਤਾ ਏ, ਆਤਮ ਰਾਮ ਮੁਰਾਰੀ ਤੇ ਨਾਮ ਦਾ ਅਭਿਆਸ ਕਰਕੇ ਨਿਸ਼ਚਾ ਕੀਤਾ ਹੈ ਵੀ ਜੋ ਮੁਰਾਰੀ ਮੁਰ ਦੈਤ ਨੂੰ ਮਾਰਨ ਵਾਲਾ ਰਾਮ ਪਰਮੇਸ਼ਰ ਹੈ ਉਹ ਸਭ ਸਾਰਿਆਂ ਦਾ ਹੀ ਆਤਮਾ ਰੂਪ ਹੈ। ਆਤਮਾ ਰੂਪ ਹੋ ਗਏ ਸਾਰਿਆਂ 'ਚ ਵਾਹਿਗੁਰੂ ਵਸ ਰਿਹਾ, ਵਿਆਪਕ ਇਸ ਤਰ੍ਹਾਂ ਜਾਣਿਆ ਏ। ਸੇਵਕ ਸੇਵ ਰਹੇ ਸੱਚ ਰਾਤੇ, ਮਹਾਰਾਜ ਪਰਮੇਸ਼ਰ ਦੇ ਸਨਮੁਖ ਕਹਿੰਦੇ ਨੇ ਵੀ ਉਹ ਸੇਵਕ ਦਾਸਾ ਭਾਵ ਧਾਰਨ ਵਾਲੇ ਪੁਰਖੇ ਮਹਾਰਾਜ ਤੇਰੇ ਨਾਮ 'ਚ ਰੰਗੇ ਹੋਏ ਤੇਰੀ ਸੇਵਾ ਭਗਤੀ ਕਰਦੇ ਰਹਿੰਦੇ ਹਨ। ਕਿਹੜੇ ਕਰਦੇ ਨੇ? ਜੋ ਤੇਰੇ ਮਨ ਭਾਣੇ, ਜਿਹੜੇ ਮਹਾਰਾਜ ਤੇਰੇ ਮਨ ਨੂੰ ਭਾਣੇ ਭਾ ਗਏ, ਜਿਨ੍ਹਾਂ ਦੀ ਕਰਨੀ ਕਮਾਈ ਤੈਨੂੰ ਚੰਗੀ ਲੱਗੀ ਹੈ, ਉਹ ਸਦਾ ਤੇਰੀ ਸੇਵਾ 'ਚ ਰੰਗੇ ਰਹਿੰਦੇ ਹਨ। ਦੁਬਿਧਾ ਮਹਿਰ ਨਾ ਪਾਵੇ ਜਗ ਝੂਠੀ, ਪਾਤਸ਼ਾਹ ਕਹਿੰਦੇ ਜੋ ਦੁਬਿਧਾ ਦੁਚਿੱਤੇਪਣ ਵਾਲੇ ਪੁਰਖ ਨੇ ਨਾ, ਉਹ ਸੱਚ ਸਰੂਪ ਹੱਲ ਨੂੰ ਨਹੀਂ ਪਾ ਸਕਦੇ, ਕਿਉਂਕਿ ਉਹਨਾਂ ਦੀ ਜਗਤ ਜਿਹੜਾ ਵੀ ਝੂਠਾ ਹੈ ਤੇ ਝੂਠੇ ਜਗਤ ਦੇ ਨਾਲ ਉਹਨਾਂ ਦੀ ਲੱਗੀ ਹੋਈ ਪ੍ਰੀਤ ਵੀ ਝੂਠੀ ਹੈ, ਜਿਸ ਕਰਕੇ ਵਾਹਿਗੁਰੂ ਦੀ ਹਜ਼ੂਰੀ, ਵਾਹਿਗੁਰੂ ਦਾ ਮਹੱਲ ਟਿਕਾਣਾ, ਪਰਮੇਸ਼ਰ ਜਿਕ ਮਿਕ ਹੋਣਾ ਉਹ ਪੁਰਖ ਦੁਬਿਧਾ ਵਾਲੇ ਨਹੀਂ ਪਾ ਸਕਦੇ। ਗੁਣ ਅਵਗਣ ਨਾ ਪਛਾਣੇ, ਕਿਉਂਕਿ ਐਸੇ ਪੁਰਖਾਂ ਨੂੰ ਗੁਣ ਧਾਰਨ ਕਰਨਾ ਤੇ ਅਵਗਣਾਂ ਦਾ ਤਿਆਗ ਕਰਨਾ ਇਹਦੀ ਪਛਾਣ ਹੀ ਨਹੀਂ ਹੈ ਵੀ ਇਹ ਅਵਗਣ ਨੇ, ਛੱਡਣੇ ਨੇ, ਇਹ ਗੁਣ ਹਨ, ਇਹ ਗ੍ਰਹਿਣ ਕਰਨੇ ਨੇ, ਇਸ ਗੱਲ ਦੀ ਉੱਕਾ ਹੀ ਅਕਲ ਨਹੀਂ ਹੈ ਮਨਮੁਖਾਂ ਨੂੰ। ਆਪੇ ਮੇਲ ਲਏ ਅਕਥ ਕਥੀਐ, ਜਦੋਂ ਪਰਮੇਸ਼ਰ ਆ ਵੀ ਗੁਰੂ ਅਮਰਦਾਸ ਸਾਹਿਬ ਕਹਿੰਦੇ ਗੁਰੂਆਂ ਦੁਆਰਾ ਮੇਲ ਲੈਂਦਾ ਨਾ, ਅਕਥ ਜਿਹੜਾ ਕਥਨ ਤੋਂ ਰਹਿਤ ਉਸ ਵਾਹਿਗੁਰੂ ਦਾ ਸਰੂਪ ਹੈ, ਕਥੀਐ ਤਦੋਂ ਉਸ ਪਰਮੇਸ਼ਰ ਦੇ ਸਿਫਤਾਂ ਨੂੰ, ਉਹਦੇ ਗੁਣਾਂ ਨੂੰ ਕਥਨ ਕਰੀਦਾ ਹੈ, ਭਾਵ ਜਦੋਂ ਆਪ ਗੁਰਾਂ ਰਾਹੀਂ ਆਪਣੇ ਨਾਲ ਮੇਲੇ ਤਦੋਂ ਅਕਥ ਸਰੂਪ ਦੇ ਗੁਣ ਗਾਈਦੇ ਹਨ। ਸੱਚ ਸ਼ਬਦ ਸੱਚ ਬਾਣੀ, ਸੱਚ ਸ਼ਬਦ ਸੱਚ ਬਾਣੀ, ਜਿਸ ਗੁਰੂ ਸਾਹਿਬ ਦਾ ਸੱਚ ਸੱਚਾ ਹੀ ਸ਼ਬਦ ਉਪਦੇਸ਼ ਹੈ ਤੇ ਸੱਚ ਬਾਣੀ ਸੱਚੀ ਹੀ ਨਾਮ ਅੰਮ੍ਰਿਤ ਰੂਪੀ ਬਾਣੀ ਕਥਨ ਕੀਤੀ ਹੋਈ ਹੈ, ਉਹਨਾਂ ਦੁਆਰਾ ਵਾਹਿਗੁਰੂ ਆਪਣੇ ਨਾਲ ਮੇਲ ਲੈਂਦਾ ਏ। ਜਾਂ ਸੱਚ ਸ਼ਬਦ, ਸ਼ਬਦ ਨਾਮ ਹੈ ਵਾਹਿਗੁਰੂ ਦਾ, ਵੀ ਜੋ ਵਾਹਿਗੁਰੂ ਆਪ ਸੱਚਾ ਹੈ ਤੇ ਜਿਹਦੀ ਨਾਮ ਰੂਪੀ ਧੁਰਕੀ ਬਾਣੀ ਵੀ ਸੱਚੀ ਹੈ, ਉਹ ਆਪ ਹੀ ਮੇਲਦਾ ਹੈ, ਆਪ ਹੀ ਸਿਫਤ ਕਰਾਉਂਦਾ ਏ। ਨਾਨਕ ਸੱਚੇ ਸੱਚ ਸਮਾਣੇ, ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਉਹ ਸੱਚੇ ਨਾਮ ਨੂੰ ਜਪ ਕਰਕੇ ਸੱਚ ਸਰੂਪ ਵਾਹਿਗੁਰੂ ਵਿੱਚ ਸਮਾ ਜਾਂਦੇ ਨੇ। ਕੌਣ ਸਮਾਉਂਦੇ ਨੇ? ਹਰਿਕਾ ਨਾਮ ਬਖਾਣੀ, ਜੋ ਗੁਰੂ ਅਮਰਦਾਸ ਸਾਹਿਬ ਕਹਿੰਦੇ ਹਰੀ ਪਰਮੇਸ਼ਰ ਦੇ ਨਾਮ ਦਾ ਹਰ ਵਕਤ ਹੀ ਬਖਿਆਣ ਕਥਨ ਕਰਦੇ ਅਭਿਆਸ ਕਰਦੇ ਹਨ। ਸਾਰਗ ਮਹੱਲਾ ਤੀਜਾ, ਮਨ ਮੇਰੇ ਹਰ ਕਾ ਨਾਮ ਅਤ ਮਿੱਠਾ, ਗੁਰੂ ਅਮਰਦਾਸ ਸਾਹਿਬ ਕਹਿੰਦੇ ਮੇਰਿਆ ਮਨਾ ਹੋਰ ਦੁਨੀਆਂ ਦੇ ਰਸ ਕਸ ਛੱਡ ਦੇ, ਕਿਉਂਕਿ ਉਹਨਾਂ ਸਾਰਿਆਂ ਦੇ ਨਾਲੋਂ ਹਰੀ ਪਰਮੇਸ਼ਰ ਦਾ ਨਾਮ ਅਤਿਅੰਤ ਹੀ ਮਿੱਠਾ, ਪਿਆਰਾ, ਸੁੱਖ ਦੇ ਦੇਣ ਵਾਲਾ ਏ। ਜਨਮ ਜਨਮ ਕੇ ਕਿਲ ਬਿਖ ਭਉ ਪੰਜਾ, 1234 ਅੰਗ ਤੇ ਮਹਾਰਾਜ ਕਹਿੰਦੇ ਜੋ ਵਾਹਿਗੁਰੂ ਦਾ ਨਾਮ ਜਨਮਾਂ ਜਨਮਾਂਤਰਾਂ ਦੇ ਪਾਪ ਡਰ ਭੰਨਣ ਵਾਲਾ, ਮੁਕਾਉਣ ਵਾਲਾ ਏ,
ਪਾਪ ਖਤਮ ਕਰਨ ਵਾਲਾ ਏ, ਡਰ ਨੂੰ ਦੂਰ ਕਰਨ ਵਾਲਾ ਏ। ਗੁਰਮੁਖ ਇੱਕੋ ਡੀਠਾ ਪਾਤਸ਼ਾਹ ਜੀ ਕਹਿੰਦੇ ਗੁਰਮੁਖ ਜਨਾਂ ਨੇ ਗੁਰਾਂ ਦੁਆਰਾ ਉਸਦੇ ਨਾਮ ਨੂੰ ਜਪ ਕੇ ਸਭ ਥਾਵਾਂ ਦੇ ਉਸ ਵਾਹਿਗੁਰੂ ਪਰਮੇਸ਼ਵਰ ਨੂੰ ਹੀ ਵਸਦਾ ਵੇਖਿਆ ਵੀ ਰੱਬ ਹੀ ਹੈ ਸਾਰਿਆਂ ਚ। ਰਹਾਉ ਕੋਟ ਕੋਟ ਅੰਤਰ ਕੇ ਪਾਪ ਬਿਨਾਸਨ, ਕੋਟ ਕੋਟ ਅੰਤਰ ਕੇ ਪਾਪ ਬਿਨਾਸਨ। ਜਿਹੜਾ ਪਰਮੇਸ਼ਵਰ ਦਾ ਨਾਮ ਹੈ ਨਾ, ਇਹ ਕੋਟ ਕੋਟ ਅੰਤਰ ਤੋਂ ਭਾਵ ਕੋਟਨ ਕੋਟ, ਕਰੋੜਾਂ ਹੀ ਕਰੋੜ ਜਨਮਾਂ ਦੇ ਵਿੱਚ ਕੀਤੇ ਹੋਏ ਜਿਹੜੇ ਸਾਡੇ ਪਾਪ ਨੇ ਉਹਨਾਂ ਨੂੰ ਵੀ ਬਿਨਾਸ਼ਨ ਨਾਸ਼ ਕਰਨ ਵਾਲਾ ਏ, ਪਿਛਲੇ ਗੁਣਾਂ ਦੀ ਮੁਆਫੀ ਦਵਾਉਣ ਵਾਲਾ ਏ। ਹਰ ਸਾਚਾ ਮਨ ਪਾਇਆ, ਜਿਨ੍ਹਾਂ ਦੇ ਮਨ ਚਿੱਤ ਵਿੱਚ ਉਹ ਸੱਚੇ ਹਰੀ ਪਰਮੇਸ਼ਰ ਦਾ ਨਾਮ ਪਾਇਆ ਭਾ ਗਿਆ, ਚੰਗਾ ਲੱਗਾ ਏ, ਉਹ ਨਾਮ ਜਪਦੇ ਨੇ ਤੇ ਉਹਨਾਂ ਦੇ ਪਾਪ ਨਾਸ਼ ਹੋਏ ਹਨ। ਬਿਨ ਅਵਰ ਨਾ ਸੁਝੈ ਦੂਜਾ, ਉਹਨਾਂ ਨੂੰ ਹਰੀ ਪਰਮੇਸ਼ਰ ਤੋਂ ਬਗੈਰ ਦੂਜਾ ਹੋਰ ਕੋਈ ਸੁਝਦਾ ਉੜਦਾ ਦੇਖਦਾ ਹੀ ਨਹੀਂ ਹੈ, ਰੱਬ ਹੀ ਵੇਖਦੇ ਨੇ ਸਾਰਿਆਂ ਦੇ ਵਿੱਚ, ਕੀੜੀ ਤੋਂ ਲੈ ਕੇ ਹਾਥੀ ਤੀਕਰ ਰੱਬ ਹੀ ਦਿਖਦਾ ਹੈ। ਸਤਿਗੁਰ ਏਕ ਬੁਝਾਇਆ, ਕਿਉਂਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਉਹਨਾਂ ਨੂੰ ਇੱਕ ਪਰਮੇਸ਼ਰ ਹੀ ਸਾਰਿਆਂ 'ਚ ਵਸਦਾ ਹੋਇਆ ਬੁਝਾ ਦਿੱਤਾ, ਸਮਝਾ ਦਿੱਤਾ ਏ। ਪ੍ਰੇਮ ਪਦਾਰਥ ਜਿਨ ਘਟ ਵਸਿਆ, ਤੀਸਰੇ ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਘਟ ਹਿਰਦੇ 'ਚ ਵਾਹਿਗੁਰੂ ਦਾ ਪ੍ਰੇਮ ਰੂਪੀ ਪਦਾਰਥ ਵਸ ਗਿਆ, ਭਾਵ ਜਿਨ੍ਹਾਂ ਅੰਦਰ ਪਰਮੇਸ਼ਰ ਦਾ ਪ੍ਰੇਮ ਪੈਦਾ ਹੋ ਗਿਆ ਏ। ਸਹਿਜੇ ਰਹੇ ਸਮਾਈ, ਉਹ ਸਹਿਜੇ ਸੁਦੇ ਸਿਧੀ ਸੁਭਾਵਕ ਹੀ ਪ੍ਰੇਮ ਦੀ ਖਿੱਚ ਕਰਕੇ ਵਾਹਿਗੁਰੂ ਵਿੱਚ ਹੀ ਸਮਾਏ ਹੋਏ ਲੀਨ ਹੋਏ ਰਹਿੰਦੇ ਹਨ। ਸ਼ਬਦ ਰਤੇ ਸੇ ਰੰਗ ਚਲੂਲੇ, ਜਿਹੜੇ ਗੁਰੂ ਦੇ ਸ਼ਬਦ ਵਿੱਚ ਰੰਗੇ ਗਏ ਨੇ ਨਾ, ਸੇ ਰੰਗ ਚਲੂਲੇ, ਉਹ ਭਗਤੀ ਰੂਪੀ ਚਲੂਲੇ ਗਾੜੇ ਰੰਗ ਵਿੱਚ ਰੰਗੇ ਜਾਂਦੇ ਹਨ, ਭਾਵ ਉਹਨਾਂ ਨੂੰ ਗਾੜਾ ਰੰਗ ਪੱਕਾ ਰੰਗ ਪਰਮੇਸ਼ਰ ਦੀ ਬੰਦਗੀ ਦਾ ਚੜ ਗਿਆ ਏ। ਰਾਤੇ ਸਹਿਜ ਸੁਭਾਈ, ਉਹ ਸਹਿਜ ਸੁਭਾਈ ਸ਼ਾਂਤੀ ਸੁਭਾਅ ਨੂੰ ਧਾਰਨ ਕਰਕੇ ਰਾਤੇ ਰੰਗੇ ਹੋਏ ਰਹਿੰਦੇ ਹਨ ਵਾਹਿਗੁਰੂ ਦੇ ਆਨੰਦ ਦੇ ਵਿੱਚ। ਸ਼ਬਦ ਵਿਚਾਰ ਰਸ ਰਾਤੀ, ਜਿਨ੍ਹਾਂ ਦੀ ਰਸਨਾ ਜਿਹਵਾ ਮਹਾਰਾਜ ਕਹਿੰਦੇ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ ਅਤੇ ਵਾਹਿਗੁਰੂ ਦੇ ਨਾਮ ਦੇ ਰਸ ਵਿੱਚ ਰਾਤੀ ਰੰਗੀ ਗਈ ਹੈ। ਲਾਲ ਭਈ ਰੰਗ ਲਾਈ, ਉਹ ਰੰਗ ਪ੍ਰੇਮ ਨੂੰ ਲਾਈ ਲਾ ਕੇ ਨਾ ਰਸਨਾ ਪਰਮੇਸ਼ਰ ਦੀ ਪ੍ਰਾਪਤੀ ਦੀ ਲਾਲ ਲਾਲਣ ਪ੍ਰੇਮਣ ਹੋ ਗਈ ਹੈ, ਜਾਂ ਲਾਲ ਭਈ ਰੰਗ ਲਾਈ, ਨਾਮ ਦਾ ਰੰਗ ਲਾ ਕੇ ਉਹ ਰਸਨਾ ਲਾਲ ਹੋ ਗਈ, ਭਾਵ ਗੂੜਾ ਪ੍ਰੇਮ ਦਾ ਰੰਗ ਚੜ ਗਿਆ ਏ। ਰਾਮ ਨਾਮ ਨਿਹ ਕੇਵਲ ਜਾਣਿਆ, ਉਹਨਾਂ ਪੁਰਖਾਂ ਨੇ ਨਿਹ ਕੇਵਲ ਸ਼ੁੱਧ ਸਰੂਪ ਵਾਸਨਾ ਰਹਿਤ ਬੰਧਨ ਰਹਿਤ ਪਰਮੇਸ਼ਰ ਜੋ ਹੈ ਉਹਦੇ ਨਾਮ ਨੂੰ ਜਪ ਕਰਕੇ ਆਪਣੇ ਸਰੂਪ ਨੂੰ ਜਾਣ ਲਿਆ ਵੀ ਆਤਮਾ ਤੇ ਪਰਮਾਤਮਾ ਇੱਕੋ ਹੀ ਚੀਜ਼, ਇਹ ਗੱਲ ਸਮਝ ਲਈ ਹੈ। ਮਨ ਤ੍ਰਿਪਤਿਆ ਸ਼ਾਂਤ ਆਈ, ਗੁਰਮੁਖਾਂ ਦਾ ਮਨ ਪਦਾਰਥਾਂ ਵੱਲੋਂ ਵਿਸ਼ੇ ਭੋਗਣ ਵੱਲੋਂ ਤ੍ਰਿਪਤ ਹੋ ਗਿਆ, ਰੱਜ ਗਿਆ ਹੈ ਤੇ ਵਿਸ਼ੇ ਵਾਸਨਾ ਦੀ ਨਿਵਿਰਤੀ ਰੂਪੀ ਸ਼ਾਂਤੀ ਆ ਕੇ ਉਹਨਾਂ ਨੂੰ ਪ੍ਰਾਪਤ ਹੋ ਗਈ ਹੈ। ਪੰਡਤ ਪੜ ਪੜ ਮੋਨੀ ਸਭ ਥਾਕੇ, ਵਾਹਿਗੁਰੂ ਦੇ ਨਾਲ ਲਿਵ ਲਾਉਣ ਤੋਂ ਬਗੈਰ ਇਹ ਹਾਲਤ ਹੋਈ ਫਿਰਦੀ ਹੈ ਵੀ ਵੱਡੇ ਵੱਡੇ ਪੰਡਿਤ ਵਿਦਵਾਨ ਲੋਕ ਵਿਦਿਆ ਨੂੰ ਪੜ੍ਹ ਪੜ੍ਹ ਕੇ ਤੇ ਮੋਨੀ ਮੋਨ ਧਾਰਨ ਕਰਨ ਵਾਲੇ ਜਿਹੜੇ ਚੁੱਪ ਰਹਿੰਦੇ ਨੇ, ਸਾਧੂ ਬੋਲਦੇ ਨਹੀਂ ਮੂੰਹ ਕਰਕੇ, ਉਹ ਵੀ ਸਾਰੇ ਥੱਕ ਗਏ ਹਾਰ ਗਏ ਹਨ ਯਤਨ ਕਰ ਕਰਕੇ। ਬ੍ਰਹਮ ਭੇਖ ਥੱਕੇ ਭੇਖ ਧਾਰੀ, ਕਈ ਤਰ੍ਹਾਂ ਦੇ ਭੇਖਾਂ ਨੂੰ ਧਾਰਨ ਵਾਲੇ ਭੇਖ ਧਾਰੀ ਵੀ ਭਰਮ ਭਰਮ ਕੇ ਭੜਕ ਭੜਕ ਕੇ ਥੱਕ ਹਾਰ ਗਏ ਨੇ, ਕਿਸੇ ਨੂੰ ਵਾਹਿਗੁਰੂ ਨਹੀਂ ਮਿਲਿਆ, ਕਿਸੇ ਨੇ
ਭੂਰੇ, ਕਿਸੇ ਨੇ ਗੇਰੂਏ, ਕਿਸੇ ਨੇ ਕਾਲੇ, ਚਿੱਟੇ, ਪੀਲੇ, ਕਈ ਤਰ੍ਹਾਂ ਦੇ ਵਸਤਰ ਪਾਲੇ, ਪਰ ਪਰਮੇਸ਼ਰ ਨਾ ਮਿਲਿਆ। ਗੁਰ ਪ੍ਰਸਾਦ ਨਿਰੰਜਨ ਪਾਇਆ। ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਨੇ ਗੁਰਾਂ ਦੀ ਕਿਰਪਾ ਦੁਆਰਾ ਗ੍ਰਸਥ ਚ ਰਹਿੰਦਿਆਂ ਹੀ ਸ਼ੁੱਧ ਸਰੂਪ ਪਰਮੇਸ਼ਰ ਨੂੰ ਪਾ ਲਿਆ। ਕਿੰਨਾ ਪਾਇਆ ਸ਼ਬਦ ਵਿਚਾਰੀ, ਜੋ ਸੱਚੇ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਬਾਣੀ ਦੇ ਵਿਚਾਰੀ ਵਿਚਾਰਵਾਨ ਹੋਏ ਨੇ, ਜੋ ਗੁਰੂ ਦੀ ਗੱਲ ਮੰਨਦੇ ਉਹ ਵਾਹਿਗੁਰੂ ਨੂੰ ਮਿਲੇ ਹਨ। ਆਵਾ ਗੌਣ ਨਿਵਾਰ ਸੱਚ ਰਾਤੇ, ਜੋ ਸੱਚੇ ਵਾਹਿਗੁਰੂ ਦੇ ਨਾਮ ਚ ਰੰਗੇ ਹੋਏ ਨੇ, ਜਿਨ੍ਹਾਂ ਦੇ ਮਨ ਆਵਾ ਗੌਣ ਨਿਵਾਰ, ਉਹਨਾਂ ਦਾ ਪਰਮੇਸ਼ਰ ਨੇ ਆਵਾ ਗੌਣ ਆਉਣ ਜਾਣ ਦਾ ਚੱਕਰ ਜੰਮਣ ਮਰਨ ਨਿਵਿਰਤ ਕਰ ਦਿੱਤਾ, ਨਿਵਾਰ ਦਿੱਤਾ ਏ। ਸਾਚ ਸ਼ਬਦ ਮਨ ਭਾਇਆ, ਇਸ ਲਈ ਉਹਨਾਂ ਦੇ ਮਨ ਚਿੱਤ ਵਿੱਚ ਸੱਚੇ ਗੁਰੂ ਦਾ ਸ਼ਬਦ ਉਪਦੇਸ਼ ਹੀ ਜਪਣਾ, ਅਭਿਆਸ ਕਰਨਾ ਇਹੀ ਮਨ ਵਿੱਚ ਭਾਇਆ ਚੰਗਾ ਲੱਗਾ ਹੈ। ਸਤਿਗੁਰ ਸੇਵ ਸਦਾ ਸੁਖ ਪਾਈ, ਉਹਨਾਂ ਨੇ ਸਤਿਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕਰਕੇ ਸਦਾ ਸੁਖ ਪਾਈਏ, ਹਮੇਸ਼ਾ ਹੀ ਰਹਿਣ ਵਾਲਾ ਆਨੰਦ ਪਾਈਏ ਪਾਉਣਾ ਕੀਤਾ। ਸਾਡੇ ਲਈ ਵੀ ਸਿੱਖਿਆ ਏ ਭਾਈ, ਸਤਿਗੁਰੂ ਨੂੰ ਸੇਵ ਕੇ ਗੁਰਾਂ ਦਾ ਵਚਨ ਮੰਨ ਕੇ ਸਦਾ ਹੀ ਰਹਿਣ ਵਾਲਾ ਸੁਖ ਪਾ ਲਈਦਾ ਏ। ਜਿਨ ਵਿੱਚ ਹੋ ਆਪ ਗਵਾਇਆ, ਪਰ ਪਾਇਆ ਉਹਨਾਂ ਨੇ ਜਿਨ੍ਹਾਂ ਨੇ ਆਪਣੇ ਹਿਰਦੇ ਚੋਂ ਆਪ ਮੈਂ ਵੀ ਕੁਝ ਹਾਂ, ਮੈਂ ਦੇਹ, ਮੈਂ ਜੀਵ, ਮੈਂ ਜਿਨ੍ਹਾਂ ਨੇ ਆਪਣੀ ਦੂਰ ਕਰ ਦਿੱਤੀ ਅਹੰਕਾਰ, ਜਿਨ੍ਹਾਂ ਨੇ ਗਵਾ ਦਿੱਤਾ ਏ। ਸੱਚ ਹੈ ਸ਼ਬਦ ਸਹਿਜ ਧੁਨ ਉਪਜੈ, ਜਿਨ੍ਹਾਂ ਦੇ ਅੰਦਰ ਸੱਚੇ ਗੁਰੂ ਸਾਹਿਬ ਦੇ ਉਪਦੇਸ਼ ਦੀ ਕਮਾਈ ਕਰਕੇ ਸਹਿਜ ਸ਼ਾਂਤੀ ਵਾਲੀ ਧੁਨੀ ਸਤਨਾਮ ਸ੍ਰੀ ਵਾਹਿਗੁਰੂ ਇਹ ਉਪਜੇ ਉਪਜੀ ਪੈਦਾ ਹੋਈ ਹੈ ਨਾ, ਭਾਵ ਅੰਦਰ ਸਿਮਰਨ ਚੱਲਦਾ ਹੈ। ਮਨ ਸੱਚ ਹੈ ਨਿਵਲਾਈ, ਉਹਨਾਂ ਨੇ ਮਨ ਚਿਤ ਕਰਕੇ ਵੀ ਸੱਚੇ ਵਾਹਿਗੁਰੂ ਦੇ ਚਰਨਾਂ ਦੀ ਆਪਣੀ ਲਿਵ ਬਿਰਤੀ ਜੋੜਨਾ ਕੀਤੀ ਹੈ। ਅਗਮ ਅਗੋਚਰ ਨਾਮ ਨਿਰੰਜਨ, ਇਸੇ ਕਰਕੇ ਸਾਧ ਸੰਗਤ ਜੋ ਮਨ ਦੇ ਸੰਕਲਪਾਂ ਵਿਕਲਪਾਂ ਤੋਂ ਅਗਮ ਅਪਹੁੰਚ ਹੈ ਅਤੇ ਅਗੋਚਰ ਇੰਦਰੀਆਂ ਦੇ ਵਿਸ਼ੇ ਹੈ ਤੇ ਨਿਰੰਜਨ ਸ਼ੁੱਧ ਸਰੂਪ ਪਰਮੇਸ਼ਰ ਹੈ, ਉਸ ਵਾਹਿਗੁਰੂ ਦੇ ਨਾਮ ਦੀ ਜੋ ਪ੍ਰੀਤੀ ਹੈ। ਗੁਰਮੁਖ ਮਨ ਵਸਾਈ, ਗੁਰਮੁਖਾਂ ਨੇ ਆਪਣੇ ਮਨ ਵਿੱਚ ਵਸਾਉਣਾ ਕੀਤੀ, ਪ੍ਰੇਮ ਪਾ ਕੇ ਰੱਖਿਆ ਉਸ ਪਰਮੇਸ਼ਰ ਦੇ ਨਾਲ। ਏਕ ਸਮੈ ਸਭ ਜਗ ਤੋਂ ਵਰਤੈ, ਗੁਰਮੁਖ ਜਨਾਂ ਨੂੰ ਬ੍ਰਹਮ ਗਿਆਨ ਹੋਇਆ ਹੈ ਨਾ, ਇਸ ਕਰਕੇ ਉਹਨਾਂ ਦਾ ਭਰੋਸਾ ਹੈ ਵੀ ਏਕ ਸਮੈ ਇੱਕ ਪਰਮੇਸ਼ਰ ਦੇ ਵਿੱਚ ਹੀ ਸਭ ਜਗ ਤੋਂ ਵਰਤੈ, ਸਾਰਾ ਹੀ ਜਗ ਤੋਂ ਸੰਸਾਰ ਕਲਪਤ ਰੂਪ ਹੋ ਕੇ ਵਰਤ ਰਿਹਾ, ਭਾਵ ਸਾਰੀ ਦੁਨੀਆ ਮਾਲਕ ਦੇ ਸਰੂਪ ਦੇ ਵਿੱਚ ਹੀ ਹੈ। ਬਿਰਲਾ ਏਕ ਪਛਾਣ, ਪਰ ਬਿਰਲਾ ਟਾਵਾਂ ਅਧਿਕਾਰੀ ਸਮਝਦਾਰ ਹੀ ਗੁਰਾਂ ਦੁਆਰਾ ਇਹ ਸਿੱਖ ਪਰਮੇਸ਼ਰ ਨੂੰ ਸਾਰਿਆਂ 'ਚ ਵੱਸਦਾ ਅਤੇ ਸਾਰੇ ਜਗਤ ਨੂੰ ਪਰਮੇਸ਼ਰ ਦੇ ਵੈਰਾਟ ਸਰੂਪ ਦੇ ਵਿੱਚ ਕਲਪਤ ਰੂਪ ਵੱਸਦਾ ਹੋਇਆ ਪਛਾਣਦਾ ਏ। ਸ਼ਬਦ ਮਰੈ ਤਾਂ ਸਭ ਕਿਛ ਸੂਝੈ, ਤੇ ਮਹਾਰਾਜ ਜੇ ਆਪਾਂ ਸਵਾਲ ਕਰੀਏ ਪਛਾਣਦਾ ਕੌਣ ਹੈ ਗੁਰਾਂ ਦੁਆਰਾ, ਤਾਂ ਸਾਹਿਬ ਕਹਿੰਦੇ ਸ਼ਬਦ ਮਰੈ। ਜਦ ਕੋਈ ਜੀਵ ਗੁਰੂ ਦੇ ਉਪਦੇਸ਼ ਬਾਣੀ ਦੀ ਕਮਾਈ ਕਰਕੇ ਜੀਵਤ ਭਾਵ ਵੱਲੋਂ ਮਰ ਜਾਂਦਾ ਹੈ, ਗੁਰਾਂ ਦੀ ਬਾਣੀ ਦੀ ਕਮਾਈ ਦੁਆਰਾ ਮੰਦੇ ਸੁਭਾਅ ਨੂੰ ਵਾਸਨਾ ਨੂੰ ਆਪਣੇ ਅੰਦਰੋਂ ਮਾਰਦਾ ਹੈ ਤਾਂ ਸਭ ਕਿਛ ਸੂਝੈ, ਤਾਂ ਉਦੋਂ ਉਹਨੂੰ ਸਾਰਾ ਕੁਝ ਹੀ ਅੰਦਰੋਂ ਹੀ ਸੁਝੇ ਸੁਝ ਦੇਖ ਆਉਂਦਾ ਹੈ, ਕਰੋੜਾਂ ਬ੍ਰਹਿਮੰਡਾਂ ਦੀ ਸੋਝੀ ਹੋ ਜਾਂਦੀ ਹੈ। ਅਨ ਦਿਨ ਇੱਕੋ ਜਾਣ, ਉਹ ਰਾਤ ਦਿਨ ਫਿਰ ਇੱਕੋ ਵਾਹਿਗੁਰੂ ਨੂੰ ਹੀ ਵੱਸਦਾ, ਸਭ ਥਾਵਾਂ ਤੇ ਜਾਣਦਾ, ਹੋਰ ਕਿਸੇ ਤੇ ਨਹੀਂ ਨਿਸ਼ਚਾ ਰੱਖਦਾ। ਜਿਸ ਨੂੰ ਨਜ਼ਰ ਕਰੇ ਸੋਈ ਜਨ ਬੂਝੈ, ਜਿਸ ਉੱਤੇ ਵਾਹਿਗੁਰੂ ਆਪ ਹੀ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ ਸੋਈ ਜਨ ਬੂਝੈ, ਉਹੀ ਜਨ ਪੁਰਖ ਗੁਰਾਂ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਕਰਨ ਵਾਲੇ ਉਪਦੇਸ਼ ਨੂੰ ਬੁੱਝਣਾ ਸਮਝਣਾ ਕਰਦਾ,
ਉਹੀ ਜ਼ਿੰਦਗੀ ਦੇ ਸਹੀ ਰਾਹ ਨੂੰ ਸਮਝਦਾ ਏ। ਹੋਰ ਕਹਿਣਾ ਕਥਨ ਨਾ ਜਾਈ। ਤੇ ਗੁਰੂ ਸਾਹਿਬ ਦੁਆਰਾ ਵਾਹਿਗੁਰੂ ਦੀ ਕਿਰਪਾ ਤੋਂ ਬਗੈਰ ਸਾਧ ਸੰਗਤ ਜੀ ਕਿਸੇ ਸਾਧਨ ਸ਼ਕਤੀ ਦੁਆਰਾ ਉਹ ਕਹਿਣਾ ਕਥਨ ਕਰਨ ਦੇ ਨਾਲ ਵੀ ਵਾਹਿਗੁਰੂ ਦੇ ਸਰੂਪ ਦੇ ਬਾਬਤ ਕੋਈ ਕਥਨ ਨਹੀਂ ਕੀਤਾ ਜਾ ਸਕਦਾ। ਮਾਲਕ ਬਾਰੇ ਆਪਣੇ ਆਪ ਨਾ ਅਸੀਂ ਕੁਝ ਕਹਿ ਸਕਦੇ ਹਾਂ ਨਾ ਕਥਨ ਕਰ ਸਕਦੇ ਹਾਂ। ਉਸ ਮਾਲਕ ਪਰਮੇਸ਼ਰ ਬਾਰੇ ਦੱਸਿਆ ਨਹੀਂ ਜਾ ਸਕਦਾ ਜਿੰਨਾ ਚਿਰ ਉਹਦੀ ਮਿਹਰ ਨਾ ਹੋਵੇ। ਨਾਨਕ ਨਾਮ ਰਤੇ ਸਦਾ ਬੈਰਾਗੀ। ਗੁਰੂ ਅਮਰਦਾਸ ਸਾਹਿਬ ਕਹਿੰਦੇ ਜਿਹੜੇ ਪੁਰਖ ਵਾਹਿਗੁਰੂ ਦੇ ਨਾਂ ਵਿੱਚ ਰੰਗੇ ਹੋਏ ਨੇ ਸਦਾ ਬੈਰਾਗੀ, ਉਹ ਹਮੇਸ਼ਾ ਹੀ ਵੈਰਾਗਵਾਨ ਹੋ ਕੇ ਰਹਿੰਦੇ ਨੇ, ਦੁਨੀਆਂ ਦੇ ਪਦਾਰਥਾਂ ਤੋਂ ਨਿਰਮੋਹ ਨੇ ਤੇ ਵਾਹਿਗੁਰੂ ਦਾ ਪ੍ਰੇਮ ਉਹਨਾਂ ਦੇ ਅੰਦਰ ਹੈ। ਇੱਕ ਸ਼ਬਦ ਲਿਵ ਲਾਈ, ਉਹਨਾਂ ਨੇ ਗੁਰੂ ਸਾਹਿਬ ਜੀ ਦੇ ਉਪਦੇਸ਼ ਦੁਆਰਾ ਇੱਕ ਵਾਹਿਗੁਰੂ ਦੇ ਵਿੱਚ ਹੀ ਲਿਵ ਲਾਉਣਾ ਕੀਤੀ ਹੈ। ਪਰਮੇਸ਼ਰ ਚ ਬਿਰਤੀ ਜੋੜ ਕੇ ਕਹਿੰਦੇ ਨੇ ਵਾਹਿਗੁਰੂ 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 ਜਿਸ ਨੂੰ ਨਦਰ ਕਰੇ ਸੋਈ ਜਨ ਬੂਝੈ ਹੋਰ ਕਹਿਣਾ ਕਥਨ ਨਾ ਜਾਈ। ਨਾਨਕ ਨਾਮ ਰਤੇ ਸਦਾ ਬੈਰਾਗੀ ਏਕ ਸ਼ਬਦ ਲਿਵ ਲਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।